ਜਸ ਪੰਜਾਬੀ ਦੇ ਜੁਗਵਾਨ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਇੱਕ ਪੰਥਕ ਵਿਚਾਰ ਵਟਾਂਦਰੇ ਵਿੱਚ ਸਵਾਗਤ ਹੈ ਮੈਂ ਗੁਰਚਰਨਜੀਤ ਸਿੰਘ ਲਾਂਬਾ ਇੱਕ ਬਹੁਤ ਹੀ ਅਹਿਮ ਪੰਥਕ ਵਿਚਾਰ ਵਟਾਂਦਰੇ ਦਾ ਵਿਸ਼ਾ ਸਾਡੀ ਅਰਦਾਸ ਸਾਡਾ ਇਤਿਹਾਸ ਇਸ ਤੇ ਅਸੀਂ ਵਿਚਾਰ ਕਰਾਂਗੇ ਖਾਲਸਾ ਜਿਸ ਬਾਰੇ ਕਿਹਾ ਗਿਆ ਹੈ ਕਲੰਦਰਾਨਾ ਅਦਾਇ ਸਕੰਦਰਾਨਾ ਜਲਾਲ ਇਸ ਦੀ ਜਿਹੜੀਆਂ ਅਦਾਵਾਂ ਹਨ ਇਹ ਲੱਟ ਬੋ ਲੱਟ ਬੋਰੂ ਫਕੀਰਾਂ ਵਰਗੀਆਂ ਹਨ ਪਰ ਜਦੋਂ ਇਹਦੇ ਜਲਾਲ ਹੈ ਉਹ ਬਾਦਸ਼ਾਹਾਂ ਨੂੰ ਵੀ maat ਪਾਉਂਦਾ ਹੈ ਖਾਲਸੇ ਦੇ ਇਸ ਰਵਾਇਤ ਨੂੰ ਉਸ ਦੀ ਬਾਣੀ ਨੂੰ ਉਸ ਦੇ ਬਾਣੇ ਨੂੰ ਉਸ ਦੀ ਪਰੰਪਰਾ ਨੂੰ ਉਸ ਦੇ ਇਤਿਹਾਸ ਨੂੰ ਅਗਰ ਇੱਕ ਕੈਪਸੂਲ ਦੇ ਵਿੱਚ ਕਹਿ ਲਿਆ ਜਾਏ ਤਾਂ ਬੰਦ ਕੀਤਾ ਹੈ ਕੁਝ ਚਾਰ ਪਹਿਰਿਆਂ ਦੇ ਵਿੱਚ ਤਾਂ ਉਹ ਹੈ ਸਾਡੀ ਅਰਦਾਸ ਜਿਹੜਾ ਸਾਡਾ ਇਤਿਹਾਸ ਇਹ ਅਰਦਾਸ ਮਤ ਕੋਈ ਖਿਆਲ ਕਰੇ ਕਿ ਕੁਝ ਬੰਦਿਆਂ ਨੇ ਮਿਲ ਕੇ ਇਸ ਨੂੰ ਬਣਾ ਲਿਆ ਹੈ ਇਹ ਗੁਰੂ ਪੰਥ ਵੱਲੋਂ ਇਸ ਨੂੰ ਸੰਪੂਰਨ ਕੀਤਾ ਗਿਆ 1748 ਵਿੱਚ ਸਚਖਰ ਸ੍ਰੀ ਹਰਮੰਦਰ ਸਾਹਿਬ ਦੇ ਉਸ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਬੁਖ ਇਸ ਦੀ ਇਹ ਫਾਈਨਲ ਜੋ ਇਹ ਸ਼ੇਪ ਹੈ ਅੱਜ ਜੋ ਅਸੀਂ ਵੇਖ ਰਹੇ ਹਾਂ ਇਸ ਦਾ ਸਰੂਪ ਬਣਿਆ ਗਿਆ ਪਰ ਇਸ ਦੀ ਬੁਨਿਆਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਇਹਨਾਂ ਦੋਨਾਂ ਦੇ ਪੈਰਾਮੀਟਰਸ ਦੇ ਵਿਚਾਰ ਇਹ ਅਰਦਾਸ ਸ਼ੁਰੂ ਤੋਂ ਬੰਨੀ ਗਈ ਸਿੱਖ ਇੱਕ ਮਰਿਆਦਾ ਪ੍ਰਸਤ ਕੌਮ ਹੈ ਮਰਿਆਦਾ ਮਰਿਆ ਲਫਜ਼ ਤੋਂ ਬਣਿਆ ਹੈ ਜਿਸ ਨੂੰ ਮਰਿਆ ਨਦੀ ਦੇ ਦੋ ਕਿਨਾਰਿਆਂ ਨੂੰ ਕਿਹਾ ਜਾਂਦਾ ਹੈ ਤਾਂ ਹੀ ਕਰਕੇ ਗੁਰअर्जਨ ਦੇਵ ਜੀ ਮਹਾਰਾਜ ਨੇ ਵੀ ਕਿਹਾ ਨਾ ਮਰਜਾਦ ਆਇਆ ਕਲ ਪੀਤਰ ਬਾਹਰ ਜਾਸੀ ਦਾਗਾ ਜੇ ਤਾਂ ਨਦੀ ਦਾ ਪਾਣੀ ਮਰਿਆ ਦੇ ਅੰਦਰ ਹੈ ਆਪਣੇ ਕਿਨਾਰਿਆਂ ਦੇ ਅੰਦਰ ਵਗਦਾ ਹੈ ਤਾਂ ਉਹ ਮਰਿਆਦਾ ਦੇ ਵਿੱਚ ਹੈ ਪਰ ਜੇਕਰ ਉਹ ਆਪਣੇ ਕਿਨਾਰੇ ਤੋੜ ਦੇਵੇ ਫਿਰ ਉਹ ਹੜ ਹੈ ਫਿਰ ਉਹ ਫਲੱਡ ਹੈ ਉਹ ਤਬਾਈ ਹੈ ਉਹ ਬਰਬਾਦੀ ਹੈ ਸਿੱਖ ਵੀ ਜੇਕਰ ਤਾਂ ਉਹ ਮਰਿਆਦਾ ਦੇ ਅੰਦਰ ਹੈ ਤਾਂ ਫਿਰ ਉਸ ਦੀ ਜ਼ਿੰਦਗੀ ਵੀ ਗੁਰੂ ਦੇ ਆਦੇਸ਼ ਉਸ ਦੇ ਹੁਕਮਾਂ ਦੇ ਵਿੱਚ ਚੱਲੇਗੀ ਨਹੀਂ ਤਾਂ ਉਹ ਬਰਬਾਦੀ ਹੈ ਅਰਦਾਸ ਦੇ ਇਹਨਾਂ 4-5 ਪਹਿਰਿਆਂ ਦੇ ਵਿੱਚ ਹੀ ਸਾਰੇ ਦਾ ਸਾਰਾ ਸਿੱਖ ਇਤਿਹਾਸ ਸੰਕਤ ਹੈ ਇਹਦੇ ਵਿੱਚ ਬਹੁਤ ਹੀ ਅਹਿਮ ਵਿਚਾਰ ਵਾਲੇ ਕੁਝ ਨੁਕਤੇ ਹਨ ਜਿਹੜੇ ਅਸੀਂ ਲੰਘ ਜਾਂਦੇ ਹਾਂ ਸ਼ਾਇਦ ਵਿਚਾਰ ਨਹੀਂ ਕਰਦੇ ਸਿੱਖ ਨੇ ਅਰਦਾਸ ਕਿਸ ਦੇ ਅੱਗੇ ਕਰਨੀ ਹੈ ਕੀ ਮੰਗਣਾ ਹੈ ਕਿਸ ਲਈ ਮੰਗਣਾ ਹੈ ਕਿਸ ਤਰੀਕੇ ਲਈ ਮੰਗਣਾ ਹੈ ਕਿ ਇਹਨਾਂ ਨੂੰ ਯਾਦ ਕਰਨਾ ਹੈ ਕਿਸ ਤਰੀਕੇ ਦੇ ਨਾਲ ਯਾਦ ਕਰਨਾ ਹੈ ਇਹ ਸਾਰੇ ਦੇ ਸਾਰੇ ਪਹਿਲੂ ਬਹੁਤ ਸੰਖੇਪ ਵਿੱਚ ਕਿਉਂਕਿ ਇੱਕ ਇੱਕ ਲਫ਼ਜ਼ ਅਰਦਾਸ ਦਾ ਜੋ ਗੁਰੂ ਪੰਥ ਨੇ ਅੰਕਤ ਕੀਤਾ ਹੈ ਉਹ ਖੁਦ ਹੀ ਇੱਕ ਇੱਕ ਲਫ਼ਜ਼ ਦੀ ਵਿਆਖਿਆ ਕਰਨ ਲੱਗੀਏ ਤਾਂ ਸ਼ਾਇਦ ਉਸ ਦਾ ਸਮਾਂ ਨਹੀਂ ਮਿਲ ਸਕਦਾ ਪਰ ਕੋਸ਼ਿਸ਼ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਕੈਪਸੂਲ 'ਚ ਬੰਦ ਅਰਦਾਸ ਨੂੰ ਅਸੀਂ ਬਹੁਤ ਸੰਖੇਪ ਦੇ ਵਿੱਚ ਔਰ ਤੇਜ਼ੀ ਦੇ ਵਿੱਚ ਵਿਚਾਰਾਂਗੇ ਪਰ ਜੋ ਆਪ ਦੇ ਵਿਚਾਰਾਂ ਦੀ ਜੋ ਲੋੜ ਹੈ ਜਿਸ ਲਈ ਆਪ ਦੀ ਪੰਥ ਦੀ ਕਚਹਿਰੀ ਦੇ ਵਿੱਚ ਇਸ ਵਿਸ਼ੇ ਨੂੰ ਲੈ ਕੇ ਆਏ ਹਾਂ ਉਸ ਦਾ ਇੱਕ ਨੁਕਤਾ ਇਹ ਹੈ ਕਿ ਇਹ ਅਰਦਾਸ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਾਰੰਭੀ ਜਿਹੜੇ ਉਹਨਾਂ ਦੀ ਬਾਣੀ ਦੇ ਨਾਲ ਜਿਹੜੀ ਸ਼ੁਰੂ ਹੁੰਦੀ ਹੈ ਔਰ ਜਿਹੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਸ ਬੁਲੰਦ ਐਲਾਨ ਦੇ ਨਾਲ ਜਿਹੜੀ ਸਮਾਪਤ ਹੁੰਦੀ ਹੈ ਜਿਸ ਦੇ ਵਿਚਕਾਰ ਦਾ ਹਿੱਸਾ ਵੰਤ ਨੇ ਤੈਅ ਕੀਤਾ ਹੈ ਸਮੇਂ-ਸਮੇਂ ਦੇ ਉੱਤੇ ਉਸ ਦੇ ਵਿੱਚ ਕੁਝ ਤਰੇਣਾ ਪਾਣ ਦੀਆਂ ਕੋਸ਼ਿਸ਼ ਕੀਤੀਆਂ ਜਾਂਦੀਆਂ ਹਨ ਕਿ ਅਸੀਂ ਇਸ ਚੀਜ਼ ਨੂੰ ਧਿਆਨ ਦੇਵਾਂਗੇ ਔਰ ਜਿਹੜੀ ਚੀਜ਼ ਸਾਨੂੰ ਗੁਰੂ ਦੀ ਬਖਸ਼ਿਸ਼ ਹੈ ਕਿਦਰੇ ਐਸਾ ਨਾ ਹੋਵੇ ਅਸੀਂ ਉਸ ਨਾਲੋਂ ਟੁੱਟ ਜਾਈਏ ਸਭ ਤੋਂ ਪਹਿਲੀ ਚੀਜ਼ ਇਹ ਵੇਖਣ ਵਾਲੀ ਹੈ ਕਿ ਇਸ ਅਰਦਾਸ ਦੀ ਜੋ ਹਰ ਸਵੇਰ ਸ਼ਾਮ ਹਰ ਵੇਲੇ ਬਲਕਿ ਰਹਿਤ ਮर्यादा ਦੇ ਮਤਬਕ ਤਾਂ ਹਰ ਕੰਮ ਕਰਨ ਤੋਂ ਪਹਿਲਾਂ ਸਿੱਖ ਅਰਦਾਸ ਕਰਦਾ ਹੈ ਜੀ ਕੀ ਬਿਰਥਾ ਹੋਏ ਗੁਰਪੈ ਅਰਦਾਸ ਕਰ ਸਿੱਖ ਨੇ ਅਰਦਾਸ ਗੁਰੂ ਔਰ ਵਾਹਿਗੁਰੂ ਅੱਗੇ ਕਰਨੀ ਹੈ ਗੁਰਬਰ ਅਕਾਲ ਪੁਰਾਣੇ ਸਿੰਘ ਇੱਕ ਲਫ਼ਜ਼ ਵਰਤਦੇ ਸੀ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਗੁਰਬਰ ਅਕਾਲ ਦਾ ਅਰਥ ਹੁੰਦਾ ਹੈ ਗੁਰੂ ਬਰਾਬਰ ਹੈ ਅਕਾਲ ਦੇ ਇਹ ਅਰਦਾਸ ਸਿੱਖ ਨੇ ਵਾਹਿਗੁਰੂ ਦੇ ਅੱਗੇ ਕਰਨੀ ਹੈ ਪਰ ਇਸ ਦੇ ਵਿੱਚ ਉਹ ਸਾਰੀ ਦੀ ਸਾਰੀ ਸ਼ਬਦਾਵਲੀ ਔਰ ਸਾਰੇ ਸਿਧਾਂਤ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਮੇਟੇ ਗਏ ਹਨ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਵਿਚਾਰਾਂਗੇ ਇਸ ਅਰਦਾਸ ਦੀ ਅਰੰਭਤਾ ਕਲਗੀਧਰਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜੇਨਾ ਦੀ ਤਸਵੀਰ ਅਸੀਂ ਇੱਕ ਨੰਬਰ ਤੇ ਵੇਖਾਂਗੇ ਇਹ ਉਹਨਾਂ ਦੀ ਪਾਵਨ ਬਾਣੀ ਜਿਹੜੀ ਚੰਡੀ ਦੀ ਵਾਰ ਵਿੱਚ ਗੁਰੂ ਕਲਗੀ ਤਰਪਤਾ ਨੇ ਜੋ ਅੰਕਤ ਕੀਤੀ ਹੈ ਇਸ ਦੇ ਵਿੱਚ ਹਜ਼ੂਰ ਨੇ ਜੋ ਆਰੰਭਤਾ ਕਰਦੇ ਹਨ ਵਾਰ ਸ੍ਰੀ ਪਗਉਤੀ ਜੀ ਕੀ ਸ੍ਰੀ ਪਗਉਤੀ ਜੀ ਦੀ ਅराधना ਕਰਦੇ ਹੋਏ ਇਹ ਜੋ ਅਰਦਾਸ ਹੈ ਇਸ ਦੀ ਆਰੰਭਤਾ ਹੈ ਸ੍ਰੀ ਪਗਉਤੀ ਜੀ ਸਹਾਇ ਵਾਰ ਸ੍ਰੀ ਪਗਉਤੀ ਜੀ ਕੀ ਪ੍ਰਥਮ ਪਗਉਤੀ ਸਿਮਰ ਕੇ ਬੜੀ ਵਾਰ ਕਈ ਵਾਰ ਖਾਲਸੇ ਦੀ ਨਿਆਰੀ ਹੋਣਦوں ਜਿਨ੍ਹਾਂ ਨੇ ਬਰਦਾਸ਼ਤ ਨਹੀਂ ਕੀਤਾ ਇਸ ਲਫ਼ਜ਼ ਨੂੰ ਉਹਨਾਂ ਨੇ ਕਈ ਵਾਰ ਪੁਲੇਖੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਸਿਰਫ਼ ਇੱਕ ਅੱਧੇ ਨੁਕਤੇ ਨਾਲ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਸ਼ਾ ਜਿਨ੍ਹਾਂ ਨੇ ਖੁਦ ਕਿਹਾ ਹੈ ਇੱਕ ਬਿਨਾਮਨ ਨੈਕ ਨੈ ਆਣੇ ਇੱਕ ਅਕਾਲ ਪੁਰਖ ਦੇ ਸੇਵਾ ਕਿਸੇ ਹੋਰ ਦਾ ਆਰਾਧਨ ਸੋਚਿਆ ਵੀ ਨਹੀਂ ਜਾ ਸਕਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਪਗਉਤੀ ਲਫ਼ਜ਼ ਵਰਤ ਰਹੇ ਹਨ ਹੁਣ ਪਗਉਤੀ ਕਿਹੜੀ ਹੈ ਜਿਸ ਦੀ ਆਰਾਧਨਾ ਜਿਸ ਦਾ ਧਿਆਨ ਧਰ ਕੇ ਜਿਸ ਦਾ ਓਟ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਅਰਦਾਸ ਦੇ ਰਹੇ ਹਨ ਪਗਉਤੀ ਦੇ ਅਰਥ ਗੁਰੂ ਸਾਹਿਬ ਨੇ ਬਹੁਤ ਸਪਸ਼ਟ ਕਰ ਦਿੱਤੇ ਹਨ ਕਿ ਲਈ ਪਗਉਤੀ ਦੁਰਗਾ ਸ਼ਹ ਵਰ ਜਾਗਨ ਭਾਰੀ ਮਾਰੀ ਰਾਜੇ ਸ਼ੁੰਭ ਨੂੰ ਰਤ ਪੀਏ ਪਿਆਰੀ ਇਹ ਪਗਉਤੀ ਹੈ ਜਿਹੜੀ ਦੁਰਗਾ ਨੇ ਹੱਥ ਵਿੱਚ ਫੜ ਕੇ ਰਾਜੇ ਸ਼ੁੰਭ ਨੂੰ ਮਾਰੀ ਔਰ ਉਸ ਦਾ ਖੂਨ ਪੀ ਗਈ ਤਾਂ ਕਿ ਦੁਰਗਾ ਨੇ ਦੁਰਗਾ ਨੂੰ ਚੁੱਕ ਕੇ ਬਾ ਰਿਆ ਸੋ ਸਪਸ਼ਟ ਹੈ ਕਿ ਪਗਉਤੀ ਦਾ ਅਰਥ ਸ੍ਰੀ ਸਾਹਿਬ ਹੈ ਉਹ ਦੇਗ ਹੈ ਉਹ ਖੜਗ ਹੈ ਜਿਸ ਨੂੰ ਗੁਰੂ ਸਾਹਿਬ ਨੇ ਵੀ ਸਪਸ਼ਟ ਕੀਤਾ ਨਮੋ ਸ੍ਰੀ ਭਗਉਤੀ ਬਢੈਲੀ ਸਰੋਹੀ ਨਾਉ ਭਗਉਤੀ ਲੋਹ ਕੜਾਇਆ ਇਹ ਭਗਉਤੀ ਉਹ ਹੈ ਜਿਹੜੀ ਲੋਹੇ ਚੋਂ ਕਢ ਕੇ ਬਣਾਈ ਗਈ ਹੈ ਜਿਹੜੀ ਕਿਸੇ ਦੇ ਅੰਦਰ ਵੜਦੀ ਹੈ ਤਾਂ ਬਾਹਰ ਇਸ ਤਰ੍ਹਾਂ ਨਿਕਲਦੀ ਹੈ ਜਿਵੇਂ ਕੋਈ ਸਜ ਵਿਆਈ ਦੁੱਲਨ ਨਵੀਂ ਲਾਲ ਸਾੜੀ ਪਾ ਕੇ ਆਈ ਹੋਏ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਫਾਤਸ਼ਾਹੀ ਦਸਵੀਂ ਦਰਸਲ ਤਸਵੀਰ ਨੰਬਰ 2 ਆਪ ਨੂੰ ਜ਼ਰੂਰ ਦਿਖਾਣੇ ਚਾਹਾਂਗੇ ਗੁਰੂ ਕਲਗੀ ਧਰਪਤਾ ਦੇ ਕੋਈ ਵੀ ਤੁਸੀਂ ਹੁਕਮਨਾਮੇ ਦੇਖੋ ਕੋਈ ਵੀ ਉਹਨਾਂ ਦੇ ਨਿਸ਼ਾਨ ਜਿਹਨੂੰ ਅਸੀਂ ਦਸਖਤ ਕਹਿੰਦੇ ਹਾਂ ਇਹਨਾਂ ਨੂੰ ਜਦੋਂ ਤੁਸੀਂ ਵੇਖੋਗੇ ਤਾਂ ਉਸ ਦੇ ਉੱਤੇ ਇੱਕ ਓੰਕਾਰ ਦੇ ਉੱਤੇ ਸ੍ਰੀ ਸਾਹਿਬ ਦਾ ਉਹ ਨਿਸ਼ਾਨ ਪਾਉਂਦੇ ਹਨ ਜਿਹੜਾ ਆਪ ਨੁਕਤਾ ਦੇਖ ਰਹੇ ਹੋ ਇਹ ਪਟਨਾ ਸਾਹਿਬ ਦੀ ਬੀੜ ਉਸ ਦੇ ਵਿੱਚ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਸ ਗਤ ਹਨ ਗੁਰਗੋਬਿੰਦ ਸਿੰਘ ਸਾਹਿਬ ਦੇ ਹਰ ਹੁਕਮਨਾਮੇ ਦੇ ਉੱਤੇ ਇੱਕ ਸ੍ਰੀ ਸਾਹਿਬ ਦਾ ਚਿੰਨ ਅੰਕਿਤ ਕੀਤਾ ਜਾਂਦਾ ਹੈ ਆਪ ਦੇਖ ਰਹੇ ਹੋ ਇੱਕ ਓੰਕਾਰ ਸਤਿਗੁਰੂ ਉਸ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਅੰਕਿਤ ਕੀਤਾ ਹੈ ਤਸਵੀਰ ਨੰਬਰ 3 ਇਹ ਜਿਹੜੀ ਫਗੋਤੀ ਹੈ ਇਹ ਜਿਹੜੀ ਵਾਰ ਸ੍ਰੀ ਫਗੋਤੀ ਜੀ ਕੀ ਹੈ ਇਹ ਆਪ ਦੇਖੋ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਦਰਬਾਰ ਸਾਹਿਬ ਦੀ ਦੱਖਣੀ ਬਾਹੀ ਦੇ ਉੱਤੇ ਇਹ ਪਾਵਨ ਪੌੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅੰਕਤ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਪਸ਼ਟ ਲਿਖਿਆ ਹੈ ਕਿ ਅਰਦਾਸ ਦੀ ਪਹਿਲੀ ਪੌੜੀ ਜਿਹੜੀ ਕਿ ਵਾਰ ਸ੍ਰੀ ਪਗੋਤੀ ਜੀ ਕੀ ਵਾਲੀ ਪੌੜੀ ਹੈ ਤੇ ਅਖੀਰਲੀਆਂ ਤੁਕਾਂ ਜਿਹੜੀਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਦ ਹਨ ਨਾਨਕ ਨਾਮ ਛੜ ਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਨਹੀਂ ਹੋ ਸਕਦੀ ਇਹ ਪੌੜੀ ਸ੍ਰੀ ਹਰਮੰਦਰ ਸਾਹਿਬ ਦੀ ਦੱਖਣੀ ਬਾਹੀ ਦੇ ਉੱਤੇ ਅੰਕਿਤ ਹੈ ਇਸ ਪੌੜੀ ਦੇ ਵਿੱਚ ਅੱਗੇ ਨੌਂ ਗੁਰੂ ਸਾਹਿਬ ਦਾ ਜ਼ਿਕਰ ਹੈ ਹੈਰਾਨੀ ਹੈ ਕਿ ਕੇਵਲ ਗੁਰਤੇਗ ਬਹਾਦਰ ਸਾਹਿਬ ਤੱਕ ਦਾ ਜ਼ਿਕਰ ਹੈ ਜਿਸ ਦੀ ਵਜ੍ਹਾ ਬਿਲਕੁਲ ਸਪਸ਼ਟ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਤੋਂ ਇਹ ਪੌੜੀ ਕਲਮਬਦ ਕੀਤੀ ਜਾ ਰਹੀ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰਤੇਗ ਬਹਾਦਰ ਜੀ ਤੱਕ ਇਸ ਦੇ ਵਿੱਚ ਹੈ ਪਰ ਇੱਕ ਹੋਰ ਚੀਜ਼ ਵਿਚਾਰਨ ਵਾਲੀ ਹੈ ਜਿਹੜੀ ਕਿ ਸਿੱਖ ਸਿਧਾਂਤ ਨੂੰ ਸਪਸ਼ਟ ਕਰਦੀ ਹੈ ਇਸ ਪੌੜੀ ਦੇ ਵਿੱਚ ਗੁਰੂ ਲਫ਼ਜ਼ ਕੇਵਰ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਅੰਕਿਤ ਕੀਤਾ ਗਿਆ ਹੈ ਪ੍ਰਥਮ ਪਗਉਤੀ ਸਿਮਰ ਕੇ ਗੁਰਨਾਨਕ ਲਈ ਤੇ ਆਏ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਇਹ ਪਉੜੀ ਇੱਥੇ ਸਬਾਪਤ ਹੋ ਜਾਂਦੀ ਹੈ ਗੁਰੂ ਲਫ਼ਜ਼ ਕੇਵਲ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਨਾਲ ਅੰਕਿਤ ਕੀਤਾ ਗਿਆ ਹੈ ਕਿਉਂਕਿ ਉਹੀ ਜੋਤ ਹੈ ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਏ ਉਹੀ ਜੋਤ ਬਾਅਦ ਵਿੱਚ ਪ੍ਰਗਟ ਹੁੰਦੀ ਹੈ ਹੁਣ ਜੇਕਰ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਗੁਰੂ ਹਰਗੋਬਿੰਦ ਜੀ ਗੁਰਤੇਗ ਬਹਾਦਰ ਜੀ ਦੇ ਨਾਲ ਅਗਰ ਗੁਰੂ ਲਫ਼ਜ਼ ਨਹੀਂ ਲੱਗਾ ਤਾਂ ਫਿਰ 11ਵਾਂ 12ਵਾਂ 13ਵਾਂ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜਿਹੜੀ ਅਖੀਰਲੀ ਤੱਕ ਇਸ ਦੇ ਵਿੱਚ ਜੋੜੀ ਗਈ ਹੈ ਉਹ ਪੰਥ ਖਾਲਸੇ ਨੇ ਗੁਰੂ ਪੰਥ ਨੇ ਜੋੜੀ ਹੈ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਅਗਲੀ ਤਸਵੀਰ ਵਿੱਚ ਅਸੀਂ ਵੇਖਾਂਗੇ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰ ਹਰ राय ਸਾਹਿਬ ਤੱਕ ਜ਼ਿਕਰ ਕੀਤਾ ਜਾਂਦਾ ਹੈ ਬੜੀ ਤੇਜ਼ੀ ਦੇ ਨਾਲ ਸਾਰੇ ਗੁਰੂ ਸਾਹਿਬ ਦਾ ਧਿਆਨ ਧਰਿਆ ਜਾਂਦਾ ਹੈ ਪਰ ਇਸ ਤੋਂ ਅੱਗੇ ਜਦੋਂ ਗੁਰ ਹਰਕ੍ਰਿਸ਼ਨ ਸਾਹਿਬ ਦੀ ਗੱਲ ਆਂਦੀ ਹੈ ਜਦੋਂ ਉਹਨਾਂ ਦਾ ਜ਼ਿਕਰ ਆਂਦਾ ਹੈ ਤਾਂ ਉਸ ਵਿੱਚ ਇੱਕ ਲਫ਼ਜ਼ ਆਂਦੇ ਹਨ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਹੁਣ ਇਹ ਲਫ਼ਜ਼ ਕਿਉਂ ਵਰਤਿਆ ਗਿਆ ਸਿੱਖ ਇਤਿਹਾਸ ਦੀ ਇਸ ਦੇ ਵਿੱਚ ਗ੍ਰਾਮਜ਼ ਹੈ ਬਾਬਾ ਰਾਮ ਰਾਏ ਜੀ ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੱਡੇ ਪ੍ਰਾਤਾ ਸਨ ਜਦੋਂ ਉਹ ਬਾਗੀ ਹੋ ਗਏ ਜਦੋਂ ਉਹਨਾਂ ਨੇ ਗੁਰਬਾਣੀ ਦੀ ਉਹ ਇੱਕ ਤੁਕ ਨੂੰ ਬਦਲੀ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਹੁਕਮ ਜਾਰੀ ਕਰ ਦਿੱਤੇ ਕਿ ਇਹਨਾਂ ਦੇ ਕੋਈ ਬੱਥੇ ਨਾ ਲੱਗੇ ਇਹਨਾਂ ਨੇ ਕੋਈ ਮੂੰਹ ਨਾ ਲਾਏ ਪਰ ਦੂਸਰੇ ਪਾਸੇ ਸਾਹਿਬ ਸ੍ਰੀ ਗੁਰੂ ਸਾਹਿਬ ਸ੍ਰੀ ਗੁਰ ਹਰਕ੍ਰਿਸ਼ਨ ਸਾਹਿਬ ਬਾਰੇ ਕਿਹਾ ਗਿਆ ਸ੍ਰੀ ਹਰਕ੍ਰਿਸ਼ਨ تی ਆਈਏ ਜਿਸ ਡਿੱਠੇ ਸਭ ਦੁੱਖ ਜਾਏ ਜੋ ਗੁਰ ਹਰਕ੍ਰਿਸ਼ਨ ਸਾਹਿਬ ਦੀ ਤਸਵੀਰ ਹੈ ਉਹ ਅਗਲੀ ਹੈ ਔਰ ਇਸ ਤੋਂ ਬਾਅਦ ਜੋ ਅਗਲੀ ਤਸਵੀਰ ਹੈ ਉਹ ਗੁਰਤੇਗ ਬਹਾਦਰ ਸਾਹਿਬ ਦੇ ਬਾਰੇ ਹੈ ਇਸ ਤੋਂ ਅਗਲੀ ਤਸਵੀਰ ਆਪ ਦੇਖੋਗੇ ਗੁਰਤੇਗ ਬਹਾਦਰ ਸਾਹਿਬ ਦੀ ਉਹ ਤਸਵੀਰ ਹੈ ਹੁਣ ਜਦੋਂ ਗੁਰਤੇਗ ਬਹਾਦਰ ਸਾਹਿਬ ਦਾ ਜ਼ਿਕਰ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਹਨ ਤਾਂ ਉਹ ਲਿਖਦੇ ਹਨ ਤੇਗ ਬਹਾਦਰ ਸਿਮਰੀਏ ਕਰਨੋਂ ਨਿਦੇ ਆਵੇ ਤਾਏ ਸਭ ਥਾਈ ਹੋਏ ਸਹਾਈ ਬੁੱਲੇ ਸ਼ਾ ਸੂਫੀ ਫਕੀਰ ਹੋਇਆ ਹੈ ਇਸਲਾਮ ਦੀ ਫਿਲਾਸਫੀ ਦੇ ਵਿੱਚ ਇੱਕ ਸ਼ਹੀਦ ਹੁੰਦਾ ਹੈ ਇੱਕ ਮੂਜ਼ੀ ਹੁੰਦਾ ਹੈ ਇੱਕ ਗਾਜ਼ੀ ਹੁੰਦਾ ਹੈ ਸ਼ਹੀਦ ਉਹ ਹੈ ਜਿਹੜਾ ਅਸੂਲ ਦੀ ਖਾਤਰ ਆਪਣੀ ਕੁਰਬਾਨੀ ਦੇ ਦੇਵੇ ਮੂਜ਼ੀ ਉਹ ਹੈ ਜਿਹੜਾ ਮੈਦਾਨੇ ਜੰਗ ਦੇ ਵਿੱਚੋਂ ਭਾਜਾ ਏ ਔਰ ਗਾਜ਼ੀ ਉਹ ਹੈ ਜਿਹੜਾ ਮੈਦਾਨੇ ਜੰਗ ਦੇ ਵਿੱਚੋਂ ਜੰਗ ਜਿੱਤ ਕੇ ਵਾਪਸ ਆ ਜਾਏ ਸਾਹਿਬ ਬੁੱਲੇ ਸ਼ਾ ਲਿਖਦਾ ਹੈ ਗੁਰਤੇਗ ਬਹਾਦਰ ਸਾਹਿਬ ਨੂੰ ਉਹ ਸ਼ਹੀਦ ਨਹੀਂ ਲਿਖ ਰਿਹਾ ਉਹਨਾਂ ਦੀ ਸ਼ਹਾਦਤ ਕਮਾਲ ਦੀ ਹੈ ਪਰ ਬੁੱਲੇ ਸ਼ਾ ਕਹਿੰਦਾ ਹੈ ਕਹੋ ਤੇਗ ਬਹਾਦਰ ਗਾਜ਼ੀ ਹੋ ਕਹੋ ਮੈਂਬਰ ਤੇ ਬਹਿਰਾਜ਼ੀ ਬਹਿਰਾਜ਼ੀ ਹੋ ਉਹ ਗੁਰਤੇਗ ਬਹਾਦਰ ਸਾਹਿਬ ਨੂੰ ਇੱਕ ਗਾਜ਼ੀ ਲਿਖਦਾ ਹੈ ਕਿ ਗੁਰਤੇਗ ਬਹਾਦਰ ਸਾਹਿਬ ਇਕ ਗਾਜ਼ੀ ਹਨ ਉਹ ਅੱਜ ਵੀ ਮੌਜੂਦ ਹਨ ਉਹ ਗਏ ਨਹੀਂ ਹਨ ਜੇਕਰ ਉਹ ਹਨ ਉਹ ਮੌਜੂਦ ਹਨ ਤਾਂ ਹੀ ਅੱਜ ਅਸੀਂ ਅਰਦਾਸ ਕਰਦੇ ਹਾਂ ਤੇਗ ਬਹਾਦਰ ਸਿਮਰੀਏ ਕਰਨੋਂ ਨਿਦੇ ਆਵੇ ਤਾਏ ਸਭ ਥਾਂ ਹੀ ਹੋਏ ਸਹਾਏ ਜੇਕਰ ਅੱਜ ਇਹ ਅਰਦਾਸ ਸਾਹਿਬ ਸਿਰ ਗੁਰ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਕੀਤੀ ਬਣਦੀ ਹੈ ਤਾਂ ਕਿ ਉਸ ਵੇਲੇ ਮੱਖਣ ਸ਼ਾ ਲੁਬਾਣੇ ਦੀ ਤੇ ਉਹਨਾਂ ਹੋਰ ਸਿੱਖਾਂ ਦੀ ਕੀ ਉਹ ਅਰਦਾਸ ਉਸ ਵੇਲੇ ਉਹ ਸਾਰਥਕ ਨਹੀਂ ਸੀ ਦਰਅਸਲ ਸਿੱਖੀ ਹੈ ਹੀ ਸਦਕ ਪਰੋਸੀ ਦੀ ਹੈ بے ਸਦਕ ਬੂਏ ਗੰਧ ਆਮਦ بے ਸਦਕ ਬੂਏ ਮੰਦ ਆਮਦ ਦੀ ਗੱਲ ਜਿਹੜੀ ਮਜ਼ਾਰ ਨੂੰ ਉਸ ਮਜ਼ਾਵਰ ਨੂੰ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਮਝਾਈ ਸੀ ਸੋ ਇਹ ਪੌੜੀ ਜਿਹੜੀ ਪਹਿਲੀ ਪੌੜੀ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਣੀ ਕਲਮਬੰਦ ਕੀਤੀ ਹੋਈ ਇਹ ਪਾਵਨ ਪੌੜੀ ਹੈ ਇਸ ਵਿੱਚ ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਨਾ ਕਰਨ ਦਾ ਕਿਸੇ ਨੂੰ ਹੱਕ ਹੈ ਤੇ ਨਾ ਹੀ ਕਿਸੇ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ ਇਸ ਦੇ ਬਾਰੇ ਜਿਨ੍ਹਾਂ ਨੇ ਛੇੜਛਾੜ ਕੀਤੀ ਉਸ ਦੇ ਬਾਰੇ ਕੀ ਹੈ ਕੀ ਹੋਇਆ ਔਰ ਪੰਥ ਨੇ ਕੀ ਨਿਰਣਾ ਲਿਆ ਇਹ ਅਸੀਂ ਅਗਲੇ ਸੈਗਮੈਂਟ ਵਿੱਚ ਵੇਖਾਂਗੇ ਹੁਣ ਇੱਕ ਛੋਟੇ ਜਿਹੇ ਬ੍ਰੇਕ ਲਈ ਅਸੀਂ ਇਜਾਜ਼ਤ ਲੈਣੇ ਹਾਂ ਔਰ ਇਸ ਤੋਂ ਬਾਅਦ ਅਗਲੇ ਸੈਗਮੈਂਟ ਤੋਂ ਬਾਅਦ ਆਪ ਦੇ ਵਿਚਾਰ ਕਿ ਕੀ ਸਾਨੂੰ ਪੰਥ ਦੀ ਉਸ ਪ੍ਰਵਾਨਤ ਕੀਤੀ ਹੋਈ ਪੰਥ ਦੀ ਬਣਾਈ ਗੁਰੂ ਦੀ ਬਖਸ਼ਿਸ਼ ਕੀਤੀ ਅਰਦਾਸ ਵਿੱਚ ਕਿਸੇ ਕਿਸਮ ਦੀ ਕੋਈ ਤਬਦੀਲੀ ਕਰਨ ਦਾ ਕੋਈ ਹੱਕ ਹੈ ਕੀ ਇਸ ਦੇ ਵਿੱਚ ਕਰਨਾ ਚਾਹੀਦਾ ਇਸ ਦੇ ਬਾਰੇ ਆਪ ਦੇ ਵਿਚਾਰ ਲਵਾਂਗੇ ਆਪ ਜ਼ਰੂਰ ਆਪਣੇ ਸੂਝਵਾਨ ਵਿਚਾਰ ਦੇਣਾ ਹੁਣ ਇੱਕ ਬ੍ਰੇਕ ਲਈ ਬ੍ਰੇਕ ਲੈਨੇ ਆਪ ਦਾ ਜਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਅੱਜ ਅਸੀਂ ਅਰਦਾਸ ਦੇ ਬਾਰੇ ਵਿਚਾਰ ਕਰ ਰਹੇ ਹਾਂ ਨੌ ਪਾਤਸ਼ਾਹੀਆਂ ਦੇ ਧਿਆਨ ਤਰਨ ਤੋਂ ਬਾਅਦ ਜਿਹੜੀ ਪੰਥ ਖਾਲਸੇ ਨੇ ਜਿਹੜਾ ਵਿੱਚ ਲਫਜ਼ ਅੰਕਿਤ ਕੀਤਾ ਹੈ ਉਹ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਗੁਰੂ ਕਲਗੀਧਰ ਪਿਤਾ ਜਿਨ੍ਹਾਂ ਨੇ ਸੰਪੂਰਨਤਾ ਕੀਤੀ ਸੰਪੂਰਨਤਾ ਬਖਸ਼ੀ ਖਾਲਸੇ ਨੂੰ ਔਰ ਪੰਥ ਨੂੰ ਪੰਥ ਦੀ ਸਾਜਨਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰੋਗਰਾਮ ਸੀ ਉਸ ਨੂੰ ਪ੍ਰారంਭ ਕੀਤੇ ਨੂੰ ਮੁਕੰਮਲ ਕੀਤਾ ਜੋਤ ਵੀ ਹੋਈ ਸੀ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕਸਤ ਹਮੂ ਰਤਨ ਜੋਹਰ ਹਮੂ ਮਾਨਕਸ ਕੋਈ ਫਰਕ ਨਹੀਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਵਲ ਉਸ ਪੰਥ ਨੂੰ ਨਾਨਕ ਨਿਰਮਲ ਪੰਥ ਚਲਾਇਆ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆਰੰਭਿਆ ਸੀ ਉਸ ਦੀ ਸੰਪੂਰਨਤਾ ਕੀਤੀ ਇਸ ਦੇ ਬਾਅਦ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਵੇਂ ਅਗਲੀ ਤਸਵੀਰ ਵਿੱਚ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਜੁਗੋ ਜੁਗ ਅਟਲ ਹੈ ਜੋ ਹਰ ਵੇਲੇ ਮੌਜੂਦ ਹੈ ਇਸ ਤੋਂ ਬਾਅਦ ਜਿਹੜਾ ਅਗਲਾ ਪੈਰਾ ਪ੍ਰਾਰੰਭ ਹੁੰਦਾ ਹੈ ਉਹ ਹੈ ਜਿਵੇਂ ਅਗਲੀ ਤਸਵੀਰ ਤੋਂ ਅਸੀਂ ਆਰੰਭ ਕਰਦੇ ਹਾਂ ਪੰਜ ਪਿਆਰੇ ਗੁਰੂ ਸਾਹਿਬ ਦੇ ਸਾਜੇ ਜਿਨ੍ਹਾਂ ਦੇ ਅੱਗੇ ਗੁਰੂ ਸਾਹਿਬ ਨੇ ਖੁਦ ਵੀ ਗੋਡਿਆਂ ਪਾਰ ਹੋ ਕੇ ਅੰਮ੍ਰਿਤ ਦੀ ਦਾਤ ਬੱਗੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਿਸ ਨੂੰ ਗੁਰੂ ਖਾਲਸਾ ਗੁਰੂ ਪੰਥ ਦਾ ਰਤਬਾ ਦਿੱਤਾ ਚਾਰ ਸਹਿਬਜ਼ਾਦਿਆਂ ਤੋਂ ਵੀ ਪਹਿਲੇ ਸਭ ਤੋਂ ਪਹਿਲੇ ਦਸਾਂ ਗੁਰੂ ਸਾਹਿਬਾਨ ਦੇ ਬਾਅਦ ਅਗਰ ਕਿਸੇ ਦਾ ਜ਼ਿਕਰ ਆਂਦਾ ਹੈ ਤਾਂ ਉਹ ਪੰਜ ਪਿਆਰਿਆਂ ਦਾ ਜ਼ਿਕਰ ਆਂਦਾ ਹੈ ਇਸ ਤੋਂ ਬਾਅਦ ਚਾਰ ਸਹਿਬਜ਼ਾਦੇ ਜਿਹੜੀ ਜਿਹੜੀ ਸ਼ਹਾਦਤ ਦੀ ਲੜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ ਉਸ ਲੜੀ ਦੇ ਗੁਰੂ ਘਰ ਦੇ ਵਿੱਚੋਂ ਇਹ ਚਾਰ ਫਰਜ਼ੰਦ ਚਾਰ ਸਹਬਜ਼ਾਦੇ ਸਨ ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਬਹੁਤ ਸੋਹਣਾ ਲਿਖਿਆ ਹੈ ਸੁਰਗਾ ਦੇ ਵਿੱਚ ਬੈਠੀਆਂ ਹੈ ਸੰਨਿਕ ਜਗਾ ਸਰਕਾਰਾਂ ਦੋ ਵੇਖਣ ਵਾਲੇ ਵੇਖ ਰਹੇ ਨੇ ਬੁੱਤ ਇੱਕ ਨਹਾਰਾਂ ਦੋ ਗੱਲਾਂ ਵਿੱਚੋਂ ਗੱਲ ਇਹ ਨਿਕਲੀ ਗੱਲ ਇਹ ਇੱਕ ਵਿਚਾਰਾਂ ਦੋ ਇਕ ਨੇ ਪੰਜਮ ਪਿਤਾ ਪਿਆਰੇ ਇਕ ਉਹਨਾਂ ਦੇ ਪੋਤੇ ਜੋ ਉਸ ਪੋਤੇ ਨੇ ਪੋਤੇ ਲੈ ਲਏ ਦੋ ਇਧਰ ਤੇ ਇਧਰ ਦੋ ਇਹ ਸ਼ਹਾਦਤ ਦਾ ਗੁਲਦਸਤਾ ਜਿਹੜਾ ਗੁਰ ਅਰਜਨ ਦੇਵ ਜੀ ਤੋਂ ਸ਼ੁਰੂ ਹੋ ਕੇ ਚਾਰ ਸਾਹਿਬਜ਼ਾਦਿਆਂ ਤੱਕ ਪਹੁੰਚਿਆ ਪਰ ਕਮਾਲ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਰੇ ਤਾਈਓ ਤਾਂ ਅਲਾ ਯਾਰ ਖਾਨ ਜੋਗੀ ਰਹਿਮਾਨੀ ਨੇ ਕਿਹਾ ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ ਹਰ ਚੰਦ ਮੇਰੇ ਹੱਥ ਵਿੱਚ ਪਰਜ਼ੋਰ ਕਲਮ ਹੈ ਸਤਗੁਰ ਕੇ ਲਿਖੂ ਵਸਫ ਕਹਾ ਤਾਬੇ ਰਕਮ ਹੈ ਇੱਕ ਅੱਖ ਸੇ ਕਿਆ ਬਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਜਾਂ ਮੰਜਧਾਰ ਕੋ ਜਾਂ ਲਹਿਰ ਕੋ ਦੇਖੇ ਗੁਰੂ ਕਲਗੀ ਤਰਪੀਤਾ ਨੂੰ ਵੱਡੇ ਸਹਬਜ਼ਾਦਿਆਂ ਦੇ ਪਿਤਾ ਜੀ ਦੇ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਜੀ ਮਹਾਰਾਜ ਦੇ ਪਿਤਾ ਗੁਰੂ ਦੇ ਕੇਵਲ ਸੀਸ ਦੇ ਦਰਸ਼ਨ ਹੋਏ ਤੜ ਦਾ ਸੰਸਕਾਰ ਦਿੱਲੀ ਦੇ ਵਿੱਚ ਹੋਇਆ ਵੱਡੇ ਸਹਬਜ਼ਾਦਿਆਂ ਦੇ ਕੇਵਲ ਉਹਨਾਂ ਦੇ ਦੂਰੋਂ ਦਰਸ਼ਨ ਹੋਏ ਔਰ ਛੋਟੇ ਸਹਬਜ਼ਾਦਿਆਂ ਦੇ ਨਾ ਤਾਂ ਸਰੀਰ ਦੇ ਦਰਸ਼ਨ ਨਾ ਸਿਰ ਦੇ ਸੀਸ ਦੇ ਦਰਸ਼ਨ ਉਹਨਾਂ ਦੀ ਤਾਂ ਕਾਹਲੀ ਖਬਰ ਹੀ ਮਿਲੀ ਤਾਈਓ ਪੰਥਕ ਕਵੀ ਕਹਿ ਉਠਿਆ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ ਦੋਵੇਂ ਸ਼ਹੀਦ ਹੋ ਗਏ ਨੇ ਨੌ ਨਿਹਾਲ ਟੁਰ ਗਏ ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ ਉਮਲ ਸਰੀਰ ਇਟਾਂ ਦੇ ਵਿੱਚ ਪੀੜ ਦਿੱਤੇ ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਤੋ ਰੂਬਰੂ ਸੈਂ ਉੱਥੇ ਕੋਈ ਗੱਲ ਨਾ ਲੁਕਾਈ ਤੇ ਸਾਫ਼-ਸਾਫ਼ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹਿੰਜ ਤੇ ਨਕੇਰੀ ਕੋਈ ਆਹ ਤੇ ਨ ਕੱਢੀ ਲਾਲਾ ਨੇ ਉੱਤੇ ਕਿਦਰੇ ਉੱਚੀ ਕੋਈ ਸਾਹ ਤੇ ਨ ਕੱਢੀ ਤੇਸੀ ਦੇ ਲਾਨ ਲੱਗੀ ਜਦ 60 ਸੀ ਕਰਾਰੀ ਮੇਰੇ ਫਤਿਹ ਨੇ ਉੱਚੀ ਕੋਈ ચીਖ ਤੇ ਨਾ ਮਾਰੀ ਇੱਕ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ ਸੋ ਖਾਲਸਾ ਪੰਜ ਪਿਆਰਿਆਂ ਦਾ ਚਾਰ ਸਹਬਜ਼ਾਦਿਆਂ ਦਾ ਚਾਲੀ ਮੁਕਤੇ ਜਿਹੜੇ ਅਗਲੀ ਤਸਵੀਰ ਦੇ ਵਿੱਚ ਹੈ ਜਿਨ੍ਹਾਂ ਦਾ ਚਾਲੀ ਮੁਕਤੇ ਜਿਨ੍ਹਾਂ ਨੇ ਆਪਣਾ ਵਿਦਾਵਾ ਗੁਰੂ ਕੋਲੋਂ ਪੜਵਾ ਲਿਆ ਗੁਰੂ ਰਹਿਮਤ ਕਰੇ ਕਿਰਪਾ ਕਰੇ ਅਸੀਂ ਵੀ ਪਲ-ਪਲ ਖਿੰਖਿਨ ਜਿਹੜੇ ਅਸੀਂ ਬੇਦਾਵਾ ਨਿਤ ਦਈ ਜਾਂਦੇ ਹਾਂ ਗੁਰੂ ਦੀ ਰਹਿਮਤ ਹੋਏ ਇਸ ਅਰਦਾਸ ਦੇ ਵਿੱਚੋਂ ਕਿਦਰੇ ਉਹਨਾਂ ਚਾਲੀ ਮੁਕਤਿਆਂ ਦਾ ਧਿਆਨ ਤਰ ਕੇ ਅਸੀਂ ਵੀ ਆਪਣੇ ਬੇਦਾਵੇ ਨੂੰ ਪੜਵਾ ਸਕੀਏ ਇਸ ਤੋਂ ਅਗਲੀ ਤਸਵੀਰ ਜੋ ਅਰਦਾਸ ਦਾ ਅਗਲਾ ਅੰਗ ਹੈ ਜਿਨ੍ਹਾਂ ਦੇ ਬਾਰੇ ਕਿਹਾ ਗਿਆ ਹੈ ਨਾਮ ਜਿਨ੍ਹਾਂ ਨੇ ਧਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਜਿਨਾ ਸਚਿਆਰਿਆਂ ਪਿਆਰਿਆਂ ਨੇ ਧਰਮ ਖਾਤਰ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਉਤਰਵਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਚਰਾਏ ਕੀਮਾ-ਕੀਮਾ ਕੀਤੇ ਗਏ ਉਬਲਦੀਆਂ ਦੇਗਾਂ 'ਚ ਬੈਠੇ ਕੋਈ ਅੰਤ ਹੀ ਨਹੀਂ ਹੈ ਸ਼ਮਾ ਵੀ ਕੁਝ ਕਮ ਨਹੀਂ ਹੈ ਪਰਵਾਨੇ ਸੇ ਜਾਨ ਦੇਤਾ ਹੈ ਉਹ ਤੋ ਪਹਿਲੇ ਇਹ ਜਲਤੀ ਹੈ ਜਿਹੜੀ ਕੁਰਬਾਨੀਆਂ ਦੀ ਲਹਿਰ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਦਿੱਤੀ ਜਿਹੜੀ ਇਹ ਗੱਲ ਮੁਕੰਮਲ ਕੀਤੀ ਜਿਹੜਾ ਇਹ ਵਿਰਸਾ ਗੁਰੂ ਸਾਹਿਬ ਨੇ ਉਸ ਮਾਲਕ ਦੇ ਦਰਦ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਇਹ ਜਿਹੜਾ ਸਿਲਸਿਲਾ ਹੈ ਪਰ ਇਸ ਵਿੱਚ ਤੁਸੀਂ ਧਿਆਨ ਦਿਓ ਉਹਨਾਂ ਸਾਰਿਆਂ ਦਾ ਉਹਨਾਂ ਮਹਾਨ ਸ਼ਹੀਦਾਂ ਦਾ ਜਿਨ੍ਹਾਂ ਨੇ ਨਾਮ ਜਪਿਆ ਵੰਡ ਛੱਕਿਆ ਤੇਗ ਚਲਾਈ ਤੇਗ ਵਾਹੀ ਹੱਠੀਆਂ ਜੱਪੀਆਂ ਤੱਪੀਆਂ ਕਿਦਰੇ ਭੁਲੇਖੇ ਚ ਨਾ ਪੈ ਜਾਈਏ ਹੱਠ ਮਾੜਾ ਨਹੀਂ ਜਪ ਬਾੜਾ ਨਹੀਂ ਤਪ ਮਾੜਾ ਨਹੀਂ ਪਰ ਜਪ ਜੇ ਤਾਂ ਵਾਹਿਗੁਰੂ ਦਾ ਹੈ ਜੇ ਤਪ ਵਾਹਿਗੁਰੂ ਦਾ ਹੈ ਜੇ ਹੱਠ ਵਾਹਿਗੁਰੂ ਦੇ ਰਸਤੇ ਦੇ ਉੱਤੇ ਹੈ ਤਾਂ ਫਿਰ ਮੁਬਾਰਕ ਹੈ ਤਾਂ ਹੀ ਗੁਰੂ ਸਾਹਿਬ ਕਹਿੰਦੇ ਹਨ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਇਹ ਨਹੀਂ ਕਿ ਕੇਵਲ ਅਸੀਂ ਸਿੱਦੇ ਇੱਕੋ ਤਰੀਕੇ ਦੇ ਨਾਲ ਕਿ ਜਬ ਤਬ ਦਾ ਗੁਰਮਤ ਵਿੱਚ ਕੋਈ ਤੱਲਕ ਨਹੀਂ ਹੈ ਇੱਕ ਤਸਵੀਰ ਜਿਹੜੀ ਬਹੁਤ ਅਹਿਮ ਹੈ ਉਹ ਹੈ ਸਤਾਰਾ ਨੰਬਰ ਜਿਹ 13 ਨੰਬਰ ਜਿਹੜੀ ਤਸਵੀਰ ਹੈ ਖਾਲਸੇ ਦੇ ਕਿਰਦਾਰ ਨੂੰ ਉਸ ਵੇਲੇ ਜਦੋਂ ਸਿੱਖ ਜੰਗਲਾਂ ਦੇ ਵਿੱਚ ਸਨ ਉਹਨਾਂ ਕੱਲੂ ਕਾਰਿਆਂ ਦੇ ਟਾਈਮ ਦੇ ਵਿੱਚ ਅਸਰਾਰੇ ਸਮਦੀ ਜੋ ਅਬਦੁਸ ਸਮਦ ਜੋ ਸੀਗਾ ਪੰਜਾਬ ਦਾ ਜੋ ਬਾਦਸ਼ਾਹ ਸੀ ਉਸ ਦਾ ਵਜ਼ੀਰ ਉਸ ਨੇ ਲਿਖਿਆ ਹੈ ਕਿ ਸਿੱਖ ਕਈ ਕਈ ਦਿਨਾਂ ਦੇ ਭੁੱਖੇ ਸਨ ਔਰ ਮੈਂ ਉਹਨਾਂ ਨੂੰ ਖੁਦ ਮਿੱਟੀ ਖੁਰਚ ਕੇ ਖਾਂਦਿਆਂ ਹੋਇਆਂ ਵੇਖਿਆ ਹੈ ਪਰ ਦੇਖੋ ਕਮਾਲ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜੇ ਲੰਗਰ ਦਾ ਜਿਹੜਾ سلسلہ ਸ਼ੁਰੂ ਕੀਤਾ ਨਾਦਰ ਸ਼ਾਹ ਜਦੋਂ ਆਇਆ ਹੈ ਉਸ ਨੇ ਪੁੱਛਿਆ ਸੀ ਸਿੱਖਾਂ ਬਾਰੇ ਤਾਂ ਉਸ ਵੇਲੇ ਦਾ ਕਿਰਦਾਰ ਇਹ ਦੱਸਿਆ ਗਿਆ ਕਿ ਜਦੋਂ ਭੁੱਖੇ ਪਾਣੇ ਸਿੱਖਾਂ ਨੂੰ ਕੁਝ ਵੀ ਖਾਣ ਨੂੰ ਜਦੋਂ ਮਿਲਦਾ ਸੀ ਤਾਂ ਉਸ ਵੇਲੇ ਇਹ ਨਹੀਂ ਕਿ ਉਹ ਆਪ ਖਾ ਲੈਂਦੇ ਸਨ ਫਿਰ ਉਸ ਵੇਲੇ ਕੀ ਕਰਦੇ ਸਨ ਕਿ ਜਦਬ ਕੁਝ ਤਿਆਰ ਹੇਤ ਹਿਤ ਖਾਨੇ ਦੇਤ ਆਵਾਜ਼ਾ ਭੁੱਖਾ ਕੋਈ ਆਓ ਦੇਖ ਤਿਆਰ ਗੁਰ ਹੋਈ ਉਸ ਸਮੇਂ ਵੈਰੀ ਕਿਉ ਨਾ ਆਵੇ ਪਰਮ ਭੀਤ ਸੰਤਾਏ ਛਕਾਵੇ ਨਾਦਰ ਨੇ ਪੁੱਛਿਆ ਜੇ ਫਿਰ ਕੁਝ ਬਚਦਾ ਨਹੀਂ ਤਾਂ ਫਿਰ ਕੀ ਕਰਦੇ ਸਨ ਉਹ ਕਹਿੰਦਾ ਬਚੇ ਤੋਂ ਪਿੱਛੇ ਖੁਦ ਖਾ ਲੈ ਹੈ ਨਹੀਂ ਤਾਂ ਲੰਗਰ ਮਸਤ ਬਤਾਇਆ ਹੈ ਇਹ ਜਿਹੜੀ ਗੱਲ ਸੀ ਖਾਲੀ ਦੇਖਦੀ ਨਹੀਂ ਦੇਗ ਔਰ ਤੇਗ ਦੀ ਫਤਿਹ ਜਿਹੜੀ ਹੈ ਇਹ ਜਿਹੜੀ ਅਰਦਾਸ ਦੇ ਵਿੱਚ ਦੇਗ ਤੇਗ ਫਤਿਹ ਦੀ ਗੱਲ ਕੀਤੀ ਗਈ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਹਨ ਦੇਗ ਤੇਗ जग ਮੈਂ ਦਉ ਚਲੇ ਰਾਖ ਆਪ ਮੋਹਿ ਅਵਰ ਨ ਦਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਰਾਜ ਨੇ ਇਹ ਜਿਹੜੀ ਅਗਲੀ ਤਸਵੀਰ ਅਸੀਂ 14 ਔਰ 14 ਤਸਵੀਰ ਦੇ ਵਿੱਚ ਜਿਹੜੀ ਅਸੀਂ ਵੇਖ ਰਹੇ ਹਾਂ ਦੇਗ ਤੇਗ ਕੋ ਜਾਹੋ ਪਰੋਸਾ ਜਾ ਸਭ ਸੁੰਦਰ ਸੁਨਾ ਨਾ ਸੂਰਾ ਦੇਗ ਤੇਗ ਸੱਚੋ ਭਰਪੂਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਚ੍ਰਿਥਰੋ ਪਾਖਿਆਂ ਦੇ ਵਿੱਚੋਂ ਇਹ ਦੇਗ ਉਰ ਤੇਗ ਦੀ ਗੱਲ ਕਰਦੇ ਹਨ ਦੇਗ ਤੇਗ ਫਤਿਹ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਵਿੱਚੋਂ ਇਹ ਲਫ਼ਜ਼ ਆਏ ਹਨ ਇਸ ਤੋਂ ਬਾਅਦ ਜਿਹੜੀ ਗੱਲ ਕੀਤੀ ਜਾਂਦੀ ਹੈ ਪੰਜਾਂ ਤਖਤਾਂ ਦੀ ਗੱਲ ਕੀਤੀ ਜਾਂਦੀ ਹੈ ਪੰਜਾਂ ਤਖਤਾਂ ਜਿਹੜੀ ਅਗਲੀ ਤਸਵੀਰ ਹੈ ਅਸੀਂ ਵੇਖ ਰਹੇ ਹਾਂ ਕਿ ਪੰਜ ਤਖਤ ਹਨ ਪਰ ਜਿਹੜੀ ਕੇਂਦਰੀ ਅਥਾਰਟੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਬਾਕੀ ਸ੍ਰੀ ਅਕਾਲ ਤਖਤ ਸਾਹਿਬ ਦਾ ਕਨਸੈਪਟ ਇੱਕ ਬੜਾ ਸਪਸ਼ਟ ਹੈ ਕਿ ਇਸ ਕੰਪਲੈਕਸ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ ਪਰ ਉਸ ਦੇ ਦਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਹੈ ਪਰ ਪਟਨਾ ਸਾਹਿਬ ਸੱਚਖੰਡ ਔਰ ਜੋ ਤਖਤ ਹੈ ਇਕੱਠੇ ਹਨ ਤਾਂ ਕਰਕੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਹੈ ਇਸੇ ਤਰੀਕੇ ਦੇ ਨਾਲ ਤਖਤ ਸਚਕੰਡ ਸ੍ਰੀ ਹਜ਼ੂਰ ਸਾਹਿਬ ਹੈ ਉੱਥੇ ਗੁਰਦੁਆਰੇ ਤੇ ਤਖਤ ਇਕੱਠੇ ਹਨ ਪਰ ਕੇਵਲ ਦੇ ਰੋਲ ਅਗਰ ਤਖਤ ਹੈ ਔਰ ਇਸੇ ਕਰਕੇ ਇੱਥੋਂ ਤੱਕ ਹੈ ਪਟਨਾ ਸਾਹਿਬ ਦੇ ਵਿਧਾਨ ਵਿੱਚ ਵੀ ਲਿਖਿਆ ਹੈ ਕਿ ਜੇਕਰ ਮਰਿਆਦਾ ਦੇ ਬਾਰੇ ਕੋਈ ਸਵਾਲ ਹੋਏਗਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਅੰਤਮ ਔਰ ਫਾਈਨਲ ਹੋਏਗਾ ਇਹ ਪੰਜਾਂ ਤਖਤਾਂ ਇਸ ਦੇ ਬਾਅਦ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਜਿੱਥੇ-ਜਿੱਥੇ ਵੀ ਕੋਈ ਗੁਰਦੁਆਰੇ ਹਨ ਉਹਨਾਂ ਦਾ ਧਿਆਨ ਤਰ ਕੇ ਖਾਲਸਾ ਅਰਦਾਸ ਕਰਦਾ ਹੈ ਇਸ ਤੋਂ ਬਾਅਦ ਅਸੀਂ ਵੇਖਦੇ ਹਾਂ ਅਗਲੀ ਤਸਵੀਰ ਦੇ ਵਿੱਚ ਇਹ ਜੋ ਅਰਦਾਸ ਦਾ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਜਿੱਥੇ ਆਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇ ਇੱਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਇਹ ਜੋ ਬੋਲ ਬਾਲੇ ਹਨ ਇਹ ਜੋ ਖਾਲਸੇ ਦੇ ਬੋਲ ਬਾਲੇ ਦੀ ਗੱਲ ਹੈ ਜਿਹੜੀ ਆਪ ਅਗਲੀ ਤਸਵੀਰ ਵਿੱਚ ਵੇਖ ਰਹੇ ਹੋ ਅਗਲੀ ਤਸਵੀਰ ਇਸ ਤੋਂ ਬਾਅਦ ਜਿਸ ਇਸ ਤੋਂ ਬਾਅਦ ਦੀ ਜਿਹੜੀ ਤਸਵੀਰ ਹੈ ਉਸ ਦੇ ਵਿੱਚ ਅੰਕਤ ਹੈ ਖਾਲਸੇ ਜੀ ਕੇ ਬੋਲ ਬਾਲੇ ਆਪ ਹੈਰਾਨ ਹੋਵੋਗੇ ਪੰਥ ਦੀ ਅਰਦਾਸ ਦੇ ਵਿੱਚ ਇਹ ਜੋ ਖਾਲਸੇ ਜੀ ਕਾ ਬੋਲ ਬਾਲੇ ਦੀ ਜਿਹੜੀ ਗੱਲ ਕੀਤੀ ਗਈ ਹੈ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਬਾਹੀ ਕੰਟਾ ਕਰ ਵਾਲੀ ਬਾਹੀ ਹੈ ਉਸ ਦੇ ਵਿੱਚ ਇਹ ਲਫ਼ਜ਼ ਅੰਕਤ ਹਨ ਸ੍ਰੀ ਸਤਗੁਰੂ ਜੀ ਖਾਲਸੇ ਜੀ ਕਾ ਸਦਾ ਬੋਲ ਬਾਲਾ ਰੱਖੇ ਇਸ ਦੇ ਨਾਲ ਹੀ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਬਾਰ ਬਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਇਸ ਵਿੱਚ ਆਇਆ ਹੈ ਹਰ ਵਾਰੀ ਆਉਂਦਾ ਹੈ ਵਾਹਿਗੁਰੂ ਉਹਨਾਂ ਦਾ ਧਿਆਨ ਤਰ ਕੇ ਉਹਨਾਂ ਦਾ ਧਿਆਨ ਕਿਸੇ ਵਿਅਕਤੀ ਦਾ ਸ਼ਹੀਦਾਂ ਦਾ ਜਾਂ ਉਹਨਾਂ ਮਹਾਨ ਪੁਰਸ਼ਾਂ ਦਾ ਧਿਆਨ ਤਰ ਕੇ ਨਹੀਂ ਕਿਹਾ ਉਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਧਿਆਨ ਕੇਵਲ ਸਿੱਖ ਨੇ ਕੇਵਲ ਸ੍ਰੀ ਅਕਾਲ ਪੁਰਖ ਦਾ ਤਰਨਾ ਹੈ ਗੁਰੂ ਦਾ ਧਿਆਨ ਤਰਨਾ ਹੈ ਔਰ ਧਿਆਨ ਕਰੋ ਤਿਹ ਕੋ ਮਨ ਮੇ ਜਿਹ ਕੋ ਅਮਤੋਜ ਸਵੇ ਜਗ ਛਾਇਓ ਉਹ ਧਿਆਨ ਅਗਰ ਤਰਨਾ ਹੈ ਤਾਂ ਸ੍ਰੀ ਅਕਾਲ ਪੁਰਖ ਦਾ ਤਰਨਾ ਹੈ ਪਰ ਜਿਹੜੀ ਉਹ ਮਹਾਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਦੀ ਕਮਾਈ ਨੂੰ ਯਾਦ ਕਰਦੇ ਆ ਉਹਨਾਂ ਦੀ ਕਮਾਈ ਦਾ ਧਿਆਨ ਤਰਿਆ ਜਾਂਦਾ ਹੈ ਇਸ ਤੋਂ ਬਾਅਦ ਜਿਹੜਾ ਅਗਲਾ ਪੈਰਾ ਹੈ ਜਿਹੜਾ ਸਿੱਖਾਂ ਨੂੰ ਸਿੱਖੀ ਦਾ ਇਹਦੇ ਵਿੱਚ ਕੁਝ ਬੰਗ ਹੈ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਨਾ ਸਰਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਦਾਨ ਅਗਲੀ ਤਸਵੀਰ ਵਿੱਚ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਉਹ ਸਰੋਵਰ ਦਾ ਉਹ ਨਜ਼ਾਰਾ ਹੈ ਜਿਸ ਦੇ ਵਿੱਚ ਸ੍ਰੀ ਅਮਰitsar ਜੀ ਕੇ ਇਸ਼ਨਾਨ ਦੀ ਗੱਲ ਖਾਲਸੇ ਨੇ ਮੰਗੀ ਹੈ ਔਰ ਨਾਲ ਹੀ ਕਿਹਾ ਹੈ ਚੌਕੀਆਂ ਚੰਡੇ ਬੁੰਗੇ ਜੁਗੋ ਜੁਗਟਲ ਜਿਹੜੀ ਅਗਲੀ ਤਸਵੀਰ ਆਪ ਵੇਖ ਰਹੇ ਹੋ ਇਹ ਵੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਦਾ ਇਹ ਨਜ਼ਾਰਾ ਹੈ ਜਿਸ ਵਿੱਚ ਖਾਲਸਾ ਪੰਥ ਚੌਕੀਆਂ ਚੰਡੇ ਬੁੰਗਿਆਂ ਦੀ ਗੱਲ ਜਿਹੜੀ ਕਰਦਾ ਹੈ ਔਰ ਉਹਨਾਂ ਦੀ ਅਰਦਾਸ ਦੀ ਗੱਲ ਕਰਦਾ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਤਸਵੀਰ ਹੈ ਇਹ ਪੰਥ ਦੀ ਇੱਕ ਮੰਗ ਹੈ ਪੰਥ ਦੀ ਇੱਕ ਇੱਛਾ ਹੈ ਕਿ हे ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਕਾਲ ਸਾਹਿਬ ਜੀ ਨੂੰ ਬਖਸ਼ੋ ਸ੍ਰੀ ਨਨਕਾਣਾ ਸਾਹਿਬ ਸਾਡੀ ਬੁਨਿਆਦ ਹੈ ਉਹ ਸਾਡੀ ਸਰੋਤ ਹੈ ਜਿੱਥੋਂ ਪੰਥ ਦਾ ਜਨਮ ਹੋਇਆ ਹੈ ਨਨਕਾਣਾ ਸਾਹਿਬ ਪੰਥ ਤੋਂ ਦੂਰ ਹੈ ਉਸ ਦੀ ਸੇਵਾ ਸੰਭਾਲ ਪੰਥ ਦੇ ਕੋਲ ਨਹੀਂ ਹੈ ਇਸ ਵਿੱਚ ਜਿਹੜੇ ਲਫ਼ਜ਼ ਗੁਰੂ ਪੰਥ ਨੇ ਚੁਣੇ ਹਨ ਉਹ ਲਫ਼ਜ਼ ਹਨ ਗੁਰੂ ਪੰਥ ਜਿਹੜਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਇਆ ਇਹ ਸਹੀ ਹੈ ਕਿ ਪਾਕਿਸਤਾਨ ਬੰਗਲਾਦੇਸ਼ ਅਤੇ ਹੋਰ ਥਾਵਾਂ ਦੇ ਉੱਤੇ ਕਾਫੀ ਐਸੇ ਨਾਨਕਪੰਥੀ ਹਨ ਹੋਰ ਹਨ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਪਰ ਇਹ ਵੀ ਸਹੀ ਹੈ ਕਿ ਗੁਰਦੁਆਰਿਆਂ ਦੇ ਤਾਲੇ ਦਰਵਾਜ਼ੇ ਕਿਵਾੜ ਉਹ ਦੋਹੀ ਖੁੱਲਦੇ ਸਨ ਜਦੋਂ ਖਾਲਸਾ ਉੱਥੇ ਜਾਂਦਾ ਸੀ ਤੇਜਾ ਸਿੰਘ ਸਾਬਰ ਵੰਥਕ ਕਵੀ ਹੋਏ ਹਨ ਉਹਨਾਂ ਨੇ ਇੱਕ ਹੂਕ ਭਰੀ वेदना ਆਪਣੀ ਗੱਲ ਦੱਸੀ ਹੈ ਉਹ ਕਹਿੰਦੇ ਹਨ ਕਿ ਜਿਸ ਵੇਲੇ ਮੈਂ ਨਨਕਾਣਾ ਸਾਹਿਬ ਗਿਆ ਮੈਂ ਉੱਥੇ ਜਾ ਕੇ ਕਵਤਾ ਆਪਣੀ ਪੜਨ ਲੱਗਾ ਦਿਲ ਮੇਰਾ ਅੰਦਰੋਂ ਅੰਦਰੀ ਹੁਸ ਗਿਆ ਇੰਜ ਲੱਗਾ ਕਿਹਾ ਦਾਨਕ ਸ਼ਾਇਰ ਨੇ ਕਿਉ ਕਵਿਆ ਦੇਲ ਨਹੀਂ ਮੁਸ ਗਿਆ ਜਾਂ ਕੌਮ ਮੇਰੀ ਨੂੰ ਆਖ ਦਵੀ ਨਨਕਾਣਾ ਤੋ ਹਥੋਂ ਖੁੱਸਾ ਨਹੀਂ ਗੁਰੂ ਨਾਨਕ ਤੋ ਹਥੋਂ ਰਸ ਗਿਆ ਅਸੀਂ ਨਨਕਾਣਾ ਸਾਹਿਬ ਦੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਇਹ ਤਾਂ ਜ਼ਰੂਰ ਕਹਿੰਦੇ ਹਾਂ ਕਿ ਸਾਡੀ ਉੱਥੇ ਇੰਨੀਆਂ ਜ਼ਮੀਨਾਂ ਰਹਿ ਗਈਆਂ ਇੰਨੀ ਸਾਡੀ ਇੰਡਸਟਰੀ ਰਹਿ ਗਈ ਸਾਡੇ ਮਕਾਨ ਰਹਿ ਗਏ ਹੋਰ ਚੀਜ਼ਾਂ ਰਹਿ ਗਈਆਂ ਹਰ ਯਹੂਦੀ ਮਾਂ ਸੌਣ ਲੱਗਿਆਂ ਆਪਣੇ ਬੱਚੇ ਨੂੰ ਕਹਿੰਦੀ ਸੀ ਬੱਚਾ ਸੌ ਜਾ ਸਵੇਰੇ ਅਸੀਂ ਜ਼ਰੂਸ਼ਲਮ ਵਿੱਚ ਹੋਵਾਂਗੇ ਉਹਨਾਂ ਨੇ ਨਹੀਂ ਭੁਲਾਇਆ ਲੱਗਦਾ ਹੈ ਜਿਸ ਦਿਨ ਸਾਡੇ ਅੰਦਰੋਂ ਤੜਪ ਪੈਦਾ ਹੋਈ ਨਨਕਾਣਾ ਸਾਹਿਬ ਲਈ ਤਾਂ ਸ਼ਾਇਦ ਉਹ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਵੀ ਖਾਲਸੇ ਨੂੰ ਪ੍ਰਾਪਤ ਹੋ ਜਾਏ ਖਾਲਸੇ ਨੇ ਉਸ ਦੇ ਦਰਸ਼ਨ ਦੀਦਾਰ ਦੀ ਚਾਹਨਾ ਕਿਸੇ ਹੋਰ ਗੁਰਦੁਆਰੇ ਦੀ ਵੱਖਰੀ ਗੱਲ ਨਹੀਂ ਕੀਤੀ ਗਈ ਨਨਕਾਣਾ ਸਾਹਿਬ ਤੇ ਹੋਰ ਸਾਰੇ ਗੁਰਦੁਆਰਿਆਂ ਨੂੰ ਸਾਰੇ ਗੁਰਤਾਮਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦੀ ਗੱਲ ਜਿਹੜੀ ਹੈ ਗੁਰੂ ਖਾਲਸੇ ਨੇ ਇਸ ਅਰਦਾਸ ਦੇ ਵਿੱਚ ਇਸ ਬੰਦ ਦੇ ਵਿੱਚ ਕੀਤੀ ਹੈ ਇੱਕ ਛੋਟਾ ਜਿਹਾ ਬ੍ਰੇਕ ਦਾ ਸਮਾਂ ਹੈ ਇਸ ਤੋਂ ਬਾਅਦ ਅਸੀਂ ਅਗਲੇ ਸੈਗਮੈਂਟ ਵਿੱਚ ਆਪ ਜੀ ਦੇ ਰੂਬਰੂ ਹੋਵਾਂਗੇ ਆਪ ਦਾ ਇਸ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜਿਹੜੀ ਅਰਦਾਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਅਸੀਂ ਅਗਲੀ ਕਾਲ ਲੈਣ ਤੋਂ ਪਹਿਲੇ ਇਸ ਦੇ ਬਾਰੇ ਅਰਦਾਸ ਦੇ ਬਾਰੇ ਜਿਹੜਾ ਇੱਕ ਬਹੁਤ ਅਹਿਮ ਹੈ ਜਿਨ੍ਹਾਂ ਨੇ ਅਰਦਾਸ ਦੀ ਮਹੱਤਤਾ ਅਰਦਾਸ ਕਰਕੇ ਜਿਨ੍ਹਾਂ ਨੇ ਨਿਭਾਈ ਜਿਨ੍ਹਾਂ ਨੇ ਅਰਦਾਸ ਨੂੰ ਪੂਰਾ ਕੀਤਾ ਉਹਨਾਂ ਦੀ ਅਸੀਂ ਇੱਕ ਤਸਵੀਰ ਵੇਖਾਂਗੇ ਜਿਹੜੀ ਅਗਲੀ ਤਸਵੀਰ ਹੈ ਜਿਸ ਦੇ ਵਿੱਚ ਬੋਤਾ ਸਿੰਘ ਗਰਜਾ ਸਿੰਘ ਸੁਖਾ ਸਿੰਘ ਮਹਿਤਾਬ ਸਿੰਘ ਬਾਬਾ ਫੂਲਾ ਸਿੰਘ ਬਾਬਾ ਦੀਪ ਸਿੰਘ ਤੇਜਾ ਸਿੰਘ ਸਮੁੰਦਰੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਬਾਰ ਬਾਰ ਅਰਦਾਸ ਦੀ ਹੁੰਦੀ ਬੇਹਰਮਤੀ ਨੂੰ ਦੋਕਣ ਲਈ ਉਸ ਦੇ ਵਜੋਂ ਉਹਨਾਂ ਨੇ ਜੋ ਅਰਦਾਸਾ ਸੋਧ ਕੇ ਮਹਾਨ ਕੁਰਬਾਨੀ ਦਿੱਤੀ ਜਨਰਲ ਹਰਬਖਸ਼ ਸਿੰਘ ਜਿਨ੍ਹਾਂ ਦੀ ਕੁਰਬਾਨੀ 1965 ਦੀ ਕਮਾਲ ਹੈ ਜਿਸ ਨੇ ਪੰਜਾਬ ਨੂੰ ਔਰ ਸਿੱਖਾਂ ਨੂੰ ਬੁਰੀ ਤਰ੍ਹਾਂ ਬਚਾਇਆ ਸਰਦਾਰ ਫੌਜਾ ਸਿੰਘ ਜਿਹੜੇ ਕਿ 1978 ਦੀ ਕਾਂਡ ਦੇ ਜਿਹੜੇ ਸ਼ਹੀਦ ਹੋਏ ਔਰ ਨਾਲ ਹੀ ਸੰਜਰਨੈਲ ਸਿੰਘ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਰਾਖੀ ਲਈ ਅਰਦਾਸਾ ਸੋਧ ਕੇ ਜਿਨ੍ਹਾਂ ਨੇ ਉਹ ਕੁਰਬਾਨੀਆਂ ਕੀਤੀਆਂ ਅਸੀਂ ਇੱਕ ਕਾਲ ਲਵਾਂਗੇ ਹੈਲੋ ਹੈਲੋ ਹਾਂਜੀ ਤੁਸੀਂ ਹੈਲੋ ਹਾਂਜੀ ਹੈਲੋ ਕੌਣ ਬੋਲ ਰਹੀ ਜੀ ਤੁਹਾਡਾ ਸਵਾਗਤ ਹੈ ਕੌਣ ਬੋਲ ਰਿਹਾ ਹਾਂ ਨਿਊ ਜਰਸੀ ਤੋਂ ਬੋਲ ਰਿਹਾ ਹਾਂਜੀ ਦੱਸੋ ਜੀ ਕੀ ਨਾਮ ਤੁਹਾਡਾ ਤੁਸੀਂ ਆਵਾਜ਼ ਟੀਵੀ ਦੇ ਘੱਟ ਕਰ ਦਿਓ ਪਹਿਲੇ ਹਾਂਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਜ਼ਰੂਰ ਸੁਝਾ ਦਿਓ ਨਹੀਂ ਤੇ ਅਸੀਂ ਅਗਲੀ ਕਾਲ ਲਈਏ ਅਸੀਂ ਅਗਲੀ ਕਾਲ ਲਵਾਂਗੇ ਹੈਲੋ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਜੀ ਹਾਂਜੀ ਆਤਮ ਸਿੰਘ ਬੋਲ ਰਿਹਾ ਜਰਸੀ ਸਿਟੀ ਗੁਰੂ ਘਰ ਤਾਨੂੰ ਮਿਲਿਆ ਸੀਗਾ ਲਾਸਟ ਟਾਈਮ ਹਾਂਜੀ ਆਤਮ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਬਰਾਦਰਸ਼ਨ ਹੋ ਗਿਆ ਅੱਜ ਤੁਸੀਂ ਮਹਾਨ ਲੋਕਾਂ ਦੀਆਂ ਤਸਵੀਰਾਂ ਦਿਖਾਈਆਂ ਚਲੋ ਬਹੁਤ ਬਹੁਤ ਧੰਨਵਾਦ ਕੋਈ ਸੁਝਾਅ ਤੁਹਾਡਾ ਇਸ ਪ੍ਰੋਗਰਾਮ ਬਾਰੇ ਯਾਰ ਸੁਝਾਅ ਜੱਟ ਦੀ ਵਾਜੇ ਮੈਂ ਚਾਹੁੰਨਾ ਕਿ ਅੱਜ ਕੱਲ ਜਿੱਤਰਾ ਬਹੁਤ ਲੋਕਾਂ ਨੂੰ ਪ੍ਰੋਬਲਮਾਂ ਚੱਲ ਰਹੀਆਂ ਆਪਣੇ ਇੱਥੇ ਜਿੱਤਰਾ ਆਤਵਨ ਵੀ ਜੇ ਤੇ ਲੋਕ ਆਏ ਹੋਏ ਆ ਵੈਲ এডਿਕੇਟਿਡ ਲੋਕ ਆਪਣੇ ਬੱਚੇ ਆਏ ਪੜ੍ਹਾਈ ਦੇ ਵੇਸ ਤੇ ਬੱਚੇ ਆਏ ਹੋਏ ਆ ਜੀ ਆਪਾਂ ਸਾਰਿਆਂ ਨੂੰ ਇੱਕ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਵਾ ਕਿ ਜਿਸ ਤੇ ਨਾਲ ਕਿ ਆਪਾਂ ਇੱਕ ਕੋਈ ਇਹੋ ਜਿਹਾ ਵਰਕ ਕਰ ਸਕੀਏ ਕਿ ਜਿਹੜੇ ਆਪਣੇ ਬੱਚੇ ਗਲਤ ਕਦਮ ਨਾ ਚੁੱਕਣ ਗਲਤ ਕੰਮਾਂ 'ਚ ਨਾ ਪੈਣ ਜਿਹੜੇ ਕੰਮ ਨੂੰ ਆਏ ਆ ਤੇ ਜਿਹੜੇ ਆਪਣੇ ਲੋਕ ਚੰਗੇ ਵੈਲ এডਿਕੇਟਿਡ ਤੇ ਜਾਂ ਵੈਲ ਸੈਟਲਡ ਹੈਗੇ ਆ ਉਹਨਾਂ ਨੂੰ ਰੈਫਰ ਕਰਕੇ ਕਿਸੇ ਚੰਗੇ ਕੰਮਾਂ 'ਚ ਚੰਗੀਆਂ ਜੌਬਾਂ 'ਵੱਚ ਕਿਤੇ ਵੀ ਲਵਾਉਣ ਜਿਹਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਸੋ ਉਹ ਆਪ ਜੀ ਦਾ ਸੁਝਾਅ ਸੰਬੰਧਿਤ ਜਿਹੜੇ ਅਧਿਕਾਰੀ ਹੈ ਜਾਂ ਪ੍ਰਬੰਧਕ ਹਨ ਉਹਨਾਂ ਨੂੰ ਭੇਜਵਾ ਦੇਾਂਗੇ ਪਰ ਇਸ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਸ਼ਾਮਲ ਹੋਣ ਲਈ ਆਪ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਮੈਂ ਹੈਲੋ ਕੌਣ ਬੋਲ ਰਹੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਸ ਦਾ ਗੱਤੋ ਹਾਂਜੀ ਕੌਣ ਬੋਲ ਰਹੀ ਜੀ ਮੈਂ ਰੂਪੀ ਬੋਲ ਰਹੀ ਹਾਂ ਜੀ ਹਾਂਜੀ ਭੈਣ ਜੀ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤੁਹਾਡਾ ਪ੍ਰੋਗਰਾਮ ਜੀ ਬਹੁਤ ਜ਼ਿਆਦਾ ਪਸੰਦ ਆਇਆ ਤੁਸੀ ਜੋ ਵੀ ਦੱਸਿਆ ਹੈ ਤੇ ਇਹ ਸ਼ਾਇਦ ਹੀ ਕਿਸੇ ਕਿਸੇ ਨੂੰ ਪਤਾ ਹੋਵੇ ਮੈਨੂੰ ਵੀ ਨਹੀਂ ਸੀ ਪਤਾ ਅੱਜ ਮੈਨੂੰ ਬਹੁਤ ਜ਼ਿਆਦਾ ਗੱਲਾਂ ਦਾ ਪਤਾ ਲੱਗਿਆ ਹੈ ਬਹੁਤ ਬਹੁਤ ਧੰਨਵਾਦ ਅਸੀ ਇਸ ਤੋਂ ਕੁਛ ਅੱਗੇ ਤੁਰੀਏ ਕੋਈ ਤੁਹਾਡਾ ਸੁਝਾਅ ਇਸ ਪ੍ਰੋਗਰਾਮ ਬਾਰੇ ਹੋਵੇ ਤੇ ਜ਼ਰੂਰ ਦਿਓ ਹਾਂਜੀ ਨਹੀਂ ਮੈਂ ਤਾਂ ਇਹ ਕਹੂੰਗੀ ਬਹੁਤ ਸੋਹਣਾ ਚੱਲ ਰਿਹਾ ਜੀ ਤੁਹਾਨੂੰ ਮੁਬਾਰਕ ਹੋਵੇ ਕੀਪ ਇਟ ਅਪ ਠੀਕ ਹੈ ਜੀ ਬਹੁਤ ਬਹੁਤ ਜਰਾ ਇਹ ਸਾਨੂੰ ਸਮਝਾਉਂਦੇ ਰਹੋ ਇਸੇ ਤਰ੍ਹਾਂ ਇਤਿਹਾਸ ਦਿਖਾਉਂਦੇ ਰਹੋ ਤਾਂ ਕਿ ਬੱਚਿਆਂ ਦੇ ਉੱਪਰ ਵੀ ਅਸਰ ਪਵੇ ਤੇ ਪੇਰੈਂਟਸ ਦੇ ਉੱਤੇ ਵੀ ਜਿਹੜੇ ਵੀ ਅਰਦਾਸ ਕਰਦੇ ਨੇ ਹੁਣ ਮਨ ਜੋੜਨਗੇ ਵੀ ਕਿਸ ਤਰ੍ਹਾਂ ਇਹਨਾਂ ਦਾ ਮਤਲਬ ਕੀ ਆ ਕਈ ਲੋਕਾਂ ਨੂੰ ਮਤਲਬ ਹੀ ਨਹੀਂ ਪਤਾ ਅਰਦਾਸ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਕੀਤਾ ਅੱਜ ਗੱਲਾਂ ਕਹਿ ਕੇ ਤੇ ਮੇਰਾ ਤਾਂ ਮਨ ਬਹੁਤ ਖੁਸ਼ ਹੋਇਆ ਬਹੁਤ ਧੰਨਵਾਦ ਤੁਹਾਡਾ ਅਸੀਂ ਅਗਲੀ ਕਾਲ ਲਵਾਂਗੇ ਕਾਲ ਵਿੱਚ ਰੱਖੇ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਹਾਂਜੀ ਹੈਲੋ ਕੌਣ ਬੋਲ ਰਹੀ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਹਾਂਜੀ ਮੈਂ ਐਲੈ ਤੋਂ ਬੋਲਦਾ ਜੀ ਹਾਂਜੀ ਕੌਣ ਬੋਲ ਰਿਹਾ ਵੀਰ ਜੀ ਮੈਂ ਰਿੱਕੀ ਬੋਲਦਾ ਜੀ ਐਲੈ ਤੋਂ ਜੀ ਨਾਮ ਪੂਰਾ ਦੱਸੋ ਹਾਂਜੀ ਰਿੱਕੀ ਸਿੰਘ ਜੀ ਨਾਮ ਹੀ ਰਿੱਕੀ ਸਿੰਘ ਹੈ ਹਾਂਜੀ ਚਲੋ ਹਾਂਜੀ ਹੁਕਮ ਕਰੋ ਤੁਹਾਡਾ ਪ੍ਰੋਗਰਾਮ ਦੇਖ ਕੇ ਬਹੁਤ ਜਿਹਾ ਲੱਗਾ 6 ਵਜੇ ਦੱਸ ਰਿਹਾ ਤੁਸੀਂ ਅੱਛਾ ਜ਼ਰਾ ਆਵਾਜ਼ ਹੋਲੀ ਕਰ ਦੋਗੇ ਆਪਣੇ ਟੀਵੀ ਦੀ ਥੋੜੀ ਆਵਾਜ਼ ਹੋਲੀ ਕਰ ਦਿਨਾ ਜੀ ਹਾਂਜੀ ਸਾਡੇ ਨਾਲ ਟੈਲੀਫੋਨ ਤੇ ਗੱਲ ਕਰੋ ਟੀਵੀ ਦੇ ਨਾਲ ਨਹੀਂ ਨਹੀਂ ਟੀਵੀ ਨਾਲ ਹਾਂਜੀ ਹਾਂਜੀ ਹੁਕਮ ਕਰੋ ਹਾਂਜੀ ਤੁਹਾਡਾ ਪ੍ਰੋਗਰਾਮ ਬਹੁਤ ਸਮਾਂ ਲੱਗਾ ਦੇਖ ਕੇ ਸੀ ਕੋਈ ਸੁਝਾਅ ਹੈ ਤੇ ਦਿਓ ਕੋਈ ਸੁਝਾਅ ਇਸ ਪ੍ਰੋਗਰਾਮ ਬਾਰੇ ਜਾਂ ਜਿਹੜਾ ਅਸੀਂ ਦੱਸਿਆ ਹਾਂ ਜੀ ਤੁਸੀਂ ਦੇਖੀ ਬਾਤ ਦੱਸ ਰਹੇ ਹੋ ਜੇ ਕਿ ਪਤਾ ਲੱਗ ਰਿਹਾ ਹੋ ਲੋ ਠੀਕ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਹੈਲੋ ਹਾਂ ਜੀ ਕੌਣ ਬੋਲ ਰਹੇ ਜੀ ਨੰਬਰ ਸਾਹਿਬ ਅਜੇ ਪ੍ਰਵਾਨ ਕਰਨੀ ਜੀ ਸੋਚ ਅਰਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸੋਚ ਸਾਹਿਬ ਹਾਂ ਚਲ ਹਜ਼ੂਰ ਹਾਂ ਜੀ ਹਾਂ ਜੀ ਹਾਂ ਜੀ ਹੁਕਮ ਕਰੋ ਕੋਈ ਤੁਹਾਡੀ ਬੜਮੁੱਲੀ رائے ਦੀ ਸਾਨੂੰ ਲੋੜ ਹੈ ਮਿਹਰਬਾਨੀ ਤੁਹਾਡੀ ਹਾਂ ਜੀ ਸਰ ਜੀ ਵੀ ਇਤਨਾ ਜੇ ਕਿ ਜਦੋਂ ਮਜੈਲ ਸਾਹਿਬ ਦਾ ਸੀ ਨਾ ਸ਼ਰੋਮਨੀ ਕਮੇਟੀ ਤੇ ਪ੍ਰਬੰਧ ਹਾਂਜੀ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਇਹ ਅਰਦਾਸ ਚ ਲਾਈਨਾਂ ਅੰਕਿਤ ਕਰਵਾਈਆਂ ਜੀ ਕਿਹੜੀਆਂ ਜੀ ਇਹ ਇਹਦੇ ਪਾਕਿਸਤਾਨ ਚ ਘੁਟਾਮ ਰਹੇਗੇ ਨੇ ਉਹਨਾਂ ਦੇ ਦਰਸ਼ਨ ਤੇ ਰਾਹ ਹਾਂਜੀ ਬਿਲਕੁਲ ਠੀਕ ਹੈ ਜੀ ਕਿਉਂਕਿ 47 ਤੋਂ ਬਾਅਦ ਹੀ ਹੋਣਗੀਆਂ ਇਹ ਲਾਈਨਾਂ ਜੀ ਵੀ ਸਭ ਨੇ ਕਰਵਾਇਆ ਜੀ ਉਦੋਂ ਹਾਂਜੀ ਜੀ ਹਾਂ ਜੀ ਹਾਂ ਬਿਲਕੁਲ ਬਾਅਦ ਹੋਣੀ ਹੈ ਕਿ ਸਰ ਗੰਗਾ ਸਿੰਘ ਢਿਲੋਂ ਜਿਹੜੇ ਕਿ ਵਾਸੀ ਨੇ ਜੀ ਕਿੰਨੇ ਜੀ ਜੀ ਹਨ ਇਹ ਮੁੱਦਾ ਖਤਮ ਕਰ ਦਿੱਤੇ ਆ ਜੀ ਦੇਖੋ ਇਦਾਂ ਹੈਗਾ ਮੈਂ ਇਸ ਬਾਰੇ ਇੱਕ ਤੁਹਾਨੂੰ ਛੋਟਾ ਜਿਹਾ ਸਪਸ਼ਟੀਕਰਨ ਦੇ ਦਿਆਂ ਮੇਰੀ ਇੱਕ ਛੋਟੀ ਜਿਹੀ ਬੇਨਤੀ ਸੁਣੋ ਪਹਿਲਾਂ ਹਾਂ ਜੀ ਤਾਂ ਦੂਸਰੇ ਮੁਲਕ ਚ ਜਾਈਏ ਨਾ ਜੀ ਵੀਜ਼ੇ ਦੀ ਤੇ ਲੋੜ ਹੈਗੀ ਐ ਸੱਤ ਹਾਂ ਜੀ ਇਹ ਨਹੀਂ ਕਿ ਅਸੀਂ ਵੀਜ਼ਾ ਨਹੀਂ ਤੋਂ ਬਿਨਾਂ ਜਾ ਸਕਦੇ ਹਾਂ ਹਾਂ ਜੀ ਪਰ ਗੁਰਦੁਆਰੇ ਹਰ ਰੋਜ਼ ਖੁੱਲਦੇ ਨੇ ਹਰ ਰੋਜ਼ ਸੇਵਾ ਸੰਭਾਲ ਹੁੰਦੀ ਜੀ ਜੀ ਇਸ ਕਰਕੇ ਲੱਗਦਾ ਹੈ ਕਿ ਹੁਣ ਇਹ ਅਰਦਾਸ ਦੇ ਵਿੱਚ ਜਿਹੜੀ ਗੱਲ ਹੈ ਨਾ ਇਹ ਭੇੜ ਚਾਲਤਰੀ ਆ ਰਹੀ ਹੈ ਹਾਂ ਜੀ ਇਹ ਇਹ ਨਹੀਂ ਹੋਣੀ ਚਾਹੀਦੀ ਹੁਣ ਮੈਂ ਇਸ ਦੇ ਤੇ ਇੱਕ ਗੱਲ ਆਪ ਨੂੰ ਸਪਸ਼ਟੀਕਰਨ ਦੇ ਦਿਆਂ ਇਕਬਾਲ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ ਮੁੱਲਾਂ ਕੋ ਜੋ ਹੈ ਮਸਜਿਦ ਮੇ ਜਾਣੇ ਕੀ ਇਜਾਜ਼ਤ ਨਾਦਾਂ ਇਹ ਸਮਝਦਾ ਹੈ ਕਿ ਇਸਲਾਮ ਹੈ ਆਜ਼ਾਦ ਮੈਂ ਇੱਕ ਤੁਹਾਨੂੰ ਦੱਸਣ ਦੀ ਗੁਸਤਾਖੀ ਕਰਾਂ ਕਿ ਪਾਕਿਸਤਾਨ ਦੇ ਜਿਹੜੇ ਗੁਰਦੁਆਰੇ ਹਨ ਜਿੰਨੇ ਗੁਰਤਾਮ ਹਨ ਉਹ ਇਵੇਕੁਏਟ ਟਰਸਟ ਪ੍ਰਾਪਰਟੀ ਬੋਰਡ ਦੇ ਅੰਡਰ ਹਨ ਈਟੀਬੀ ਬੋਰਡ ਜਿਹੜਾ ਹੈ ਇਵੇਕੁਈ ਪ੍ਰਾਪਰਟੀ ਉਹ ਪ੍ਰਾਪਰਟੀ ਹੁੰਦੀ ਹੈ ਜਿਹੜੀ ਨਖਸਮੀ ਪ੍ਰਾਪਰਟੀ ਹੈ ਜਿਹਦਾ ਮਾਲਕ ਨਹੀਂ ਹੈ ਹਰ ਗੁਰਦੁਆਰੇ ਦਾ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ ਸਾਨੂੰ ਥੋੜਾ ਜਿਹਾ ਇਸ ਤੋਂ ਅੱਗੇ ਤੁਰਨਾ ਪਵੇਗਾ ਸਭ ਤੋਂ ਪਹਿਲੀ ਲੋੜ ਹੈ ਕਿ ਪਾਕਿਸਤਾਨ ਦੇ ਜਿੰਨੇ ਗੁਰਦਾਮ ਹਨ ਉਹਨਾਂ ਨੂੰ ਇਵੇਕੁਈ ਟਰਸਟ ਪ੍ਰਾਪਰਟੀ ਬੋਰਡ ਚੋਂ ਕੱਢ ਕੇ ਉਹਨਾਂ ਨੂੰ ਵਕਫ ਬੋਰਡ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਥੱਲੇ ਲਿਆਣਾ ਪਵੇਗਾ ਨਾ ਨੂੰ ਦਾ ਹੈਗੀ ਹੈ ਉੱਥੇ ਗੁਰਦੁਆਰਾ ਕਮੇਟੀ ਪਰ ਇਵੇਕੁਈ ਟਰਸਟ ਪ੍ਰਾਪਰਟੀ ਬੋਰਡ ਦੇ ਅੰਡਰ ਹੈ ਇਹ ਲੰਬਾ ਵਿਸ਼ਾ ਵੱਖਰਾ ਵਿਸ਼ਾ ਫਿਰ ਇਸ ਤੇ ਆਪ ਨਾਲ ਜ਼ਰੂਰ ਵਿਚਾਰ ਸਾਂਝੇ ਕਰਾਂਗੇ ਔਰ ਇਸ ਤੇ ਕੰਮ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ 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 ਕੌਣ ਬੋਲ ਰਿਹਾ ਵੀਰ ਜੀ ਹਾਂਜੀ ਜਿੰਮੀ ਮਾ ਹਾਂਜੀ ਚੀਮਾ ਸਾਹਿਬ ਹਾਂਜੀ ਹੁਕਮ ਕਰੋ ਜੀ ਤੁਹਾਡੀ رائے ਔਰ ਸੁਝਾਅ ਇਸ ਪ੍ਰੋਗਰਾਮ ਆ ਸੁਝਾਓ ਮੈਂ ਉਹਨਾਂ ਨੂੰ ਲੰਬਰਾ ਸਾਹਿਬ ਨੂੰ ਦੱਸਣਾ ਮੰਗ ਰਿਹਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਤੀਨੀ ਦੇ ਉੱਤੇ ਜੀ ਜੀ ਥੋੜਾ ਜਿਆ ਬੱਚਿਆਂ ਨੂੰ ਥੋੜਾ ਜਿਆ ਥੱਲੇ ਇੰਗਲਿਸ਼ ਦੇ ਵਿੱਚ ਜਿਸ ਤਰ੍ਹਾਂ ਉਹ ਵਿਆਖਿਆ ਕਰ ਰਿਹਾ ਸੀ ਹਾਂਜੀ ਜੀ ਇੰਗਲਿਸ਼ ਦੇ ਵਿੱਚ ਨਾਲ-ਨਾਲ ਦਿੱਤਾ ਜਾਵੇ ਪੇਰੈਂਟਸ ਜਿਹੜੇ ਹੈਗੇ ਆ ਜਿਹੜੇ ਜਿੱਦਾਂ ਪੜੀਆਂ ਉਹਨਾਂ ਦੀ ਬਹੁਤ ਚੰਗੀਆਂ ਗੱਲਾਂ ਬੜੇ ਬੜੇ ਚੰਗੇ ਸੁਝਾਅ ਹੈਗੇ ਉਹਨਾਂ ਦੇ ਠੀਕ ਹੈ ਜੀ ਤੇ ਬੱਚਿਆਂ ਨੂੰ ਵੀ ਥੋੜਾ ਜਿਆ ਅੰਡਰਸਟੈਂਡਿੰਗ ਹੋਣੀ ਚਾਹੀਦੀ ਵੀ ਠੀਕ ਹੈ ਤੁਹਾਡਾ ਤੁਹਾਡਾ ਕਹਿਣਾ ਹੈ ਕਿ ਇਹਨੂੰ ਬਾਈਲੈਂਗੁਅਲ ਅਸੀਂ ਦੋ ਪਾਸ਼ੀ ਪ੍ਰੋਗਰਾਮ ਕਰੀਏ ਚਲੋ ਆਪ ਦਾ ਸੁਝਾਅ ਜਿਹੜਾ ਹੈਗਾ ਆਰਗੇਨਾਈਜ਼ਰਸ ਤੱਕ ਪਹੁੰਚਾ ਦਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਆ ਮੈਂ ਲਿੰਬੜਾ ਸਾਹਿਬ ਨਾਲ ਇੱਕ ਮਿੰਟ ਗੱਲ ਕਰਨੀ ਮੰਗਦਾ ਮੈਂ ਮੈਂ ਬੋਲ ਰਿਹਾ ਜੀ ਲਾਂਬਾ ਬੋਲ ਰਿਹਾ ਮੈਂ ਪ੍ਰੋਗਰਾਮ ਜਿਹੜਾ ਸੰਚਾਲ ਦੇ ਰਿਹਾ ਆਪ ਜੀ ਨੂੰ ਮੈਂ ਖੁਦ ਬੋਲ ਰਿਹਾ ਹੁਕਮ ਕਰੋ ਲਾਂਬਾ ਆਮ ਸੌਰੀ ਲਾਂਬਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਕੁਛ ਮੈਂ ਨਾ 2 ਮਿੰਟ ਮੈਂ ਤਾਂ ਗੱਲ ਕਰਾ ਸਕਦੇ ਹਾਂ ਇਸ ਵੇਲੇ ਟੀਵੀ ਤੇ ਮੈਂ ਇਸ ਖੁਦ ਬੋਲ ਰਿਹਾ ਜੇ ਕੋਈ ਸੁਝਾਅ ਹੈ ਉਹ ਦੇ ਦਿਓ ਨਹੀਂ ਤੇ ਫਿਰ ਆਪਾਂ ਇਸ ਤੋਂ ਬਾਅਦ ਗੱਲ ਕਰ ਲਾਂਗੇ ਤੁਹਾਡੇ ਕੋਲ ਨੰਬਰ ਹੈਗਾ ਅਸੀਂ ਕਾਲਸ ਕਾਫੀ ਹੈਗੀਆਂ ਲੈ ਲਈਏ ਤੇ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਾਡੇ ਕੋਲ ਸਮਾਂ 2-4 ਮਿੰਟ ਹੈਗਾ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਜੇ ਕੋਈ ਤੁਹਾਡਾ ਤੁਸੀਂ ਮੈਨੂੰ 30 30 ਸਕਿੰਡ ਵੀ ਦੇ ਦਿਓ ਮੈਂ ਹਾਂਜੀ ਹੁਕਮ ਕਰੋ ਜੀ ਹੁਕਮ ਕਰੋ ਦੱਸੋ ਹਾਂਜੀ ਦੱਸੋ ਜੀ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਣੇ ਟੀਵੀ ਤੇ ਆ ਰਿਹਾ ਹੈਗਾ ਜੀ ਤੇ ਉਹਦੇ ਨਾਲ ਇੰਗਲਿਸ਼ ਤੇ ਚਾਇਆ ਜਾਵੇ ਜੀ ਜੀ ਉਹ ਸਿੱਖੀ ਧਰਮ ਦੇ ਬਾਰੇ ਪਛਾਰ ਜਿੱਦਾਂ ਸਾਡੇ ਗੁਰੂਆਂ ਨੇ ਦੱਸਿਆ ਹੈਗਾ ਠੀਕ ਹੈ ਜੀ ਇਹ ਉਹ ਤਰੀਕੇ ਤੇ ਜ਼ੋਰ ਦਿੱਤਾ ਜਾਵੇ ਸਾਰੀ ਕਮਿਊਨਿਟੀ ਨੂੰ ਬਹੁਤ ਅੱਛਾ ਜੀ ਆਪ ਜੀ ਦਾ ਸੁਝਾਅ ਅੱਗੇ ਵੀ ਆਇਆ ਅਸੀਂ ਇਸ ਨੂੰ ਜ਼ਰੂਰ ਪ੍ਰਬੰਧਕਾਂ ਤੱਕ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਆਪ ਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਹੈਲੋ ਹਾਂਜੀ ਹਾਂਜੀ ਵਾਖਾਲ ਸਾਹਿਬ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿ ਸਤਿ ਸ਼੍ਰੀ ਅਕਾਲ ਸਕੀਤ ਬੋਲ ਰਹੀ ਹਾਂ ਜੀ ਇੰਡੀਆ ਨਾਲੋਂ ਤੋਂ ਹਾਂਜੀ ਹੁਕਮ ਕਰੋ ਬਣ ਜੀ ਤੁਹਾਡਾ ਪ੍ਰੋਗਰਾਮ ਸ਼ੁਰੂ ਤੋਂ ਦੇਖ ਰਹੇ ਹਾਂ ਜੀ ਜੀ ਅੱਜ ਤਾਂ ਮਨ ਜਦੋਂ ਤੁਸੀਂ ਉਹ ਸਾਬ ਜਾਨ ਦੇ ਬਾਰੇ ਕੁਝ ਬੋਲੇ ਨਾ ਲਾਈਨਾਂ ਤੇ ਬਹੁਤ ਜ਼ਿਆਦਾ ਪਸਿਜਿਆ ਜੀ ਆਪ ਜੀ ਨੂੰ ਬੇਨਤੀ ਹੈ ਕਿ ਜਿਹੜਾ ਪ੍ਰੋਗਰਾਮ ਮੇਰੇ ਖਿਆਲ ਨਾਲ ਇੱਕ ਵਾਰ ਨਹੀਂ ਜੀ ਰਿਕਾਰਡਿੰਗ ਇਹਦੀ ਬਾਅਦ ਚ ਹੋ ਕੇ ਜੇ ਇੱਕ ਦੁਬਾਰਾ ਵੀ ਤੁਸੀਂ ਦਿਖਾਓ ਤੇ ਬਹੁਤ ਵਧੀਆ ਹੋਊਗਾ ਜੀ ਸਾਡੇ ਵੱਲੋਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਅੱਛਾ ਆਪ ਜੀ ਦਾ ਸੁਝਾਅ ਇਹ ਵੀ ਅਸੀਂ ਜਿਹੜੇ ਜਸ ਪੰਜਾਬੀ ਦੇ ਜਿਹੜੇ ਹੈਗੇ ਆ ਆਰਗੇਨਾਈਜ਼ਰਸ ਉਹਨਾਂ ਤੱਕ ਪਹੁੰਚਾ ਦਾਂਗੇ ਬਹੁਤ ਬਹੁਤ ਧੰਨਵਾਦ ਆਪ ਦੀ ਅਸੀਸ ਲਈ ਧੰਨਵਾਦ ਹਾਂਜੀ ਥੈਂਕ ਯੂ ਜੀ ਬਾਈ ਫਾਤਿਹ ਹਾਂਜੀ ਕੌਣ ਬੋਲ ਰੇ ਜੀ ਹੈਲੋ ਜੀ ਹਾਂਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਕੌਣ ਬੋਲ ਰਿਹਾ ਵੀਰ ਜੀ ਮੇਰਾ ਨਾਮ ਤੇਜਿੰਦਰ ਸਿੰਘ ਕਮਾਣਾ ਜੀ ਹਾਂਜੀ ਕਮਾਣਾ ਸਾਹਿਬ ਹੁਕਮ ਕਰੋ ਤੁਹਾਡਾ ਸਜਾ ਬਹੁਤ ਸੋਹਣੇ ਨੇ ਬਹੁਤ ਸੋਹਣਾ ਪ੍ਰੋਗਰਾਮ ਦੇ ਰਹੇ ਹੋ ਜੀ ਦੇਖੀ ਬਾਰੇ ਜੀ ਤੇ ਅਸੀਂ ਇਸ ਵਿੱਚ ਇਸ ਵਕਤ ਵਿੱਚ ਦੇਖ ਰਹੇ ਹਾਂ ਤੇ ਬਹੁਤ ਸੋਹਣਾ ਪ੍ਰੋਗਰਾਮ ਦੇ ਚਲੋ ਬਹੁਤ ਬਹੁਤ ਧੰਨਵਾਦ ਆਪ ਦਾ ਬੜੀ ਬੜੀ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਹੈਲੋ ਹਾਂਜੀ ਕੌਣ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਆਵਾਜ਼ ਘੱਟ ਕਰ ਦਿਓ ਤੇ ਜੀ ਆਵਾਜ਼ ਬਿਲਕੁਲ ਹੀ ਮਿਊਟ ਨਹੀਂ ਪਰ ਆਵਾਜ਼ ਆ ਰਹੀ ਹੈ ਥੋੜਾ ਜਿਹਾ اچھا ਹਾਂ ਜੀ ਕੋਈ ਗੱਲ ਨਹੀਂ ਹੁਕਮ ਕਰੋ ਤੁਸੀਂ ਮੈਂ ਬਸ ਇਹ ਕਹਿਣਾ ਜਾਂ ਤੁਹਾਡਾ ਜਿਹੜਾ ਪ੍ਰੋਗਰਾਮ ਬਹੁਤ ਬਹੁਤ ਜ਼ਿਆਦਾ ਨੋਲੇਜੇਬਲ ਹੈ ਸਾਡੀ ਸਾਡੀ ਜਿਹੜੀ ਕਮਿਊਨਿਟੀ ਹੈ ਸਾਡੀ ਜਿਹੜੀ ਛੋਟੀ ਜਿਨੀ ਕੌਮ ਹੈ ਜਿਹੜੀ ਹੈ ਅਮਰੀਕਾ ਇੱਕ ਸਾਡੇ ਸਿੱਖਾਂ ਦੀ ਬਡੇ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ ਠੀਕ ਹੈ ਜੀ ਮੈਂ ਮੈਂ ਮੇਰੀ ਤੁਹਾਡੇ ਕੋਲ ਇਹ ਅਦਾਸ ਹੈ ਕਿ ਰਿਕੁਐਸਟ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਚਲਾਉਂਦੇ ਰਹੋ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਅਮਰੀਕਾ ਆਏ ਹੋਏ ਅੱਜ ਮੇਰਾ ਨਾਮ ਰਤਨਦੀਪ ਸਿੰਘ ਹੈਗਾ ਹਾਂਜੀ ਮੈਂ ਦਿੱਲੀ ਤੋਂ ਆਇਆ ਮੇਰੇ ਮੈਨੂੰ ਅੱਜ ਅਮਰੀਕਾ ਆਏ ਹੋਏ 4 ਸਾਲ ਹੋ ਗਏ ਨੇ 3 ਸਾਲ ਹੋਏ ਨੇ 3 ਸਾਲ ਤੋਂ ਥੋੜੇ ਜਿਨੇ 3.5 ਸਾਲ ਠੀਕ ਹੈ ਜੀ ਤੇ ਮੈਂ ਜਦੋਂ ਆਇਆ ਸੀ ਮੇਰੇ ਕੋਲ ਕੁਝ ਨਹੀਂ ਸੀਗਾ ਹਾਂਜੀ ਅੱਜ ਮੈਨੂੰ ਗੁਰਦੁਆਰੇ ਵਾਲੇ ਨੇ ਐਨਾ ਦੇ ਦਿੱਤਾ ਕਿ ਮੈਨੂੰ ਰੋਟੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚਲੋ ਠੀਕ ਹੈ ਜੀ ਐ ਸੀਗਾ ਮੈਨੂੰ ਐ ਨਹੀਂ ਪਤਾ ਸੀ ਕਿ ਮੈਂ ਰਾਤ ਨੂੰ ਰੋਟੀ ਕਿੱਥੋਂ ਖਾਵਾਂਗਾ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਪ੍ਰੋਗਰਾਮ ਬਾਰੇ ਆਪ ਸੁਝਾ ਜਿਹੜੇ ਟੈਲੀਫੋਨ ਰਾਹੀਂ ਬਾਅਦ ਵਿੱਚ ਵੀ ਇਹ ਈਮੇਲ ਨਾ ਕਰੋਗੇ ਤੇ ਅਸੀਂ ਹੁਣ ਪ੍ਰੋਗਰਾਮ ਦੇ ਸਮਾਪਤੀ ਵਾਲਾ ਬਹੁਤ 10 10 ਸੈਕਿੰਡ ਦੀ ਕੋਸ਼ਿਸ਼ ਕਰਾਂਗੇ ਦੋ ਕਾਲਸ ਲੈ ਕੇ ਅਸੀਂ ਫਿਰ ਅਗਲੇ ਨੂੰ ਪ੍ਰੋਗਰਾਮ ਨੂੰ ਸਮਾਪਤ ਕਰੀਏ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਬਹੁਤ-ਬਹੁਤ ਧੰਨਵਾਦ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਜੀ ਹਾਂਜੀ ਮੈਂ ਰਜਿੰਦਰ ਕੋਲ ਬੋਲਦਿਆਂ ਜੀ ਵਰਜੇ ਨਹੀਂ ਆ ਤੁਹਾਂ ਹਾਂਜੀ ਭੈਣ ਜੀ ਬੋਲੋ ਜੀ ਹਾਂਜੀ ਇੱਕ ਨਾ ਤੁਸੀਂ ਜਦੋਂ ਐਕਸਪਲੇਨ ਕਰਦੇ ਸੀ ਨਾ ਸਾਰੇ ਅਰਦਾਸ ਦਾ ਜੀ ਤੁਸੀਂ ਕਹਿਆ ਸੀ ਆ मां ਆਪਣੇ ਬੱਚੇ ਨੂੰ ਕਹਿੰਦੀ ਆ ਬੇਟਾ ਉਹਦਾ ਅੱਗੇ ਵਾਸ ਜਿਹੜਾ ਸੀਗਾ ਉਹ ਅਸੀਂ ਸਾਨੂੰ ਉਹ ਇਸ ਤਰ੍ਹਾਂ ਜੀ ਕਿ ਜ਼ਰੂਸ਼ਲਮ ਤੋਂ ਯਹੂਦੀ ਕੌਮ ਉੱਥੋਂ ਵੱਖ ਹੋਈ ਸੀ ਪਰ ਉਹਨਾਂ ਨੇ ਉਸ ਨੂੰ ਭੁਲਾਇਆ ਨਹੀਂ ਉਹ ਮਾਂ ਬੱਚਿਆਂ ਨੂੰ ਯਾਦ ਕਰਾਂਦੀ ਸੀ ਕਿ ਜ਼ਰੂਸ਼ਲਮ ਤੁਹਾਡਾ ਕੇਂਦਰ ਹੈ ਤੁਸੀਂ ਪਹੁੰਚਣਾ ਹੈ ਪੁਰਾਣੇ ਸਿੰਘ ਵੀ ਹਰਮੰਦਰ ਸਾਹਿਬ ਦੀ ਤੜਪ ਦੀ ਗੱਲ ਕਰਦੇ ਸੀ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਗੱਲ ਕਰਦੇ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਲਿਖਿਆ ਹੈ ਹਮ ਵੀ ਸੁਦਾਸਰ ਜਾਮਨੇ ਕੀ ਭਾਵਨੀ ਰੱਖਤੇ ਹਾਂ ਅਸੀਂ ਅਰਦਾਸ ਵਿੱਚ ਅੰਮ੍ਰਿਤ ਛਕਣ ਲੱਗਿਆਂ ਕਿਹਾ ਜਾਂਦਾ ਵਾਸੀ ਤੁਸੀਂ ਆਨੰਦਪੁਰ ਦੇ ਹੋ ਪਰ ਕੇਵਲ ਇਸ ਨੂੰ ਅਸੀਂ ਖਾਲੀ ਲਫ਼ਜ਼ਾਂ ਤੱਕ ਨਾ ਰੱਖੀਏ ਅਸੀਂ ਆਨੰਦਪੁਰ ਸਾਹਿਬ ਔਰ ਜੋ ਹਰਮੰਦਰ ਸਾਹਿਬ ਹੈ ਉਹਦੇ ਨਾਲ ਜੁੜੀਏ ਨਨਕਾਣਾ ਸਾਹਿਬ ਨਾਲ ਜੁੜੀਏ ਅਸੀਂ ਆਪਣੇ ਗੁਰਤਾਮਾ ਨਾਲ ਜੁੜੀਏ ਇਹ ਉਸ ਦਾ ਮਕਸਦ ਸੀ ਉਹ ਹਵਾਲਾ ਦੇਣ ਦਾ ਜਾ ਕਿਸ ਪਰ ਉਹ ਨਹੀਂ ਸੀ ਸਮਝਾ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਹੈਲੋ ਹਾਂਜੀ ਕੌਣ ਬੋਲ ਰਿਹਾ ਜੀ ਲਾਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਬਲਜੀਤ ਸਿੰਘ ਬੋੜਿਆ ਜੀ ਬੇਸ਼ਿਕਰ ਤੋਂ ਹਾਂਜੀ ਬਲਜੀਤ ਸਿੰਘ ਜੀ ਹੁਕਮ ਕਰੋ ਬਹੁਤ ਬਹੁਤ ਪ੍ਰੋਗਰਾਮ ਬਹੁਤ ਨਾਈਸ ਹੈ ਜੀ ਮੈਂ ਇੱਕ ਕਨਫਿਊਜ਼ ਹੈਗਾ ਇੱਕ ਮੈਨੂੰ ਹੁਕਮ ਕਰੋ ਜੀ ਜਿਹੜੀ ਆਪਾਂ ਅਰਦਾਸ ਤੁਸੀਂ ਜਿਸ ਚੀਜ਼ ਬਾਰੇ ਤੁਸੀਂ ਡਿਟੇਲ ਨਾਲ ਪੂਰਾ ਦੱਸਿਆ ਜੀ ਤੇ ਇਹ ਅਰਦਾਸ ਦੇ ਵਿੱਚ ਤੇ ਜਿਹੜੇ ਆਪਣੇ ਨਿਹੰਗ ਸਿੰਘ ਅਰਦਾਸ ਕਰਦੇ ਨੇ ਜੀ ਉਹਨਾਂ ਦੇ ਵਿੱਚ ਕੋਈ ਡਿਫਰੈਂਸ ਇਸ ਤਰ੍ਹਾਂ ਜੀ ਕਿ ਦੇਖੋ ਜਿਹੜੀਆਂ ਜਥੇਬੰਦੀਆਂ ਹਨ ਪੰਥਕ ਤੌਰ ਦੇ ਉੱਤੇ ਅਰਦਾਸ ਦਾ ਸਰੂਪ ਅਰਦਾਸ ਦਾ ਪ੍ਰਾਰੂਪ ਇਹੀ ਹੋਣਾ ਚਾਹੀਦਾ ਬਾਕੀ ਮੈਨੂੰ ਯਾਦ ਹੈ ਇੱਕ ਵਾਰੀ ਮੈਂ ਨਿਹੰਗ ਸਿੰਘਾਂ ਦੀ ਛਾਉਣੀ ਚਲਾ ਗਿਆ ਸੀ ਤੇ ਉਹਨਾਂ ਦੇ ਬੋਲੇ ਹੈ ਗੜਗੱਜ ਹੈ ਉਹ ਖਾਲਸਾ ਪੰਥ ਜਿਹੜਾ ਉਹ ਗੁਰੂ ਦੀ ਲਾਡਲੀ ਫੌਜ ਹੈ ਉਹ ਰਹਿਰਾਤ ਸਾਹਿਬ ਦੇ ਬਾਅਦ ਉਹਨਾਂ ਨੇ ਜਿਹੜੀ ਅਰਦਾਸ ਕੀਤੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਛਿਆ ਰਿਹਾਏ ਦੇਖ ਤੇ ਫਤਿਹ ਬਿਰਦ ਦੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਜੋ 250 ਝੜੇ ਜੋ ਸ਼ਰ ਪਰੇ 200 ਤਰੇ ਲੰਡੀ ਪੁੱਚੀ ਸ਼ੁਰ ਖਾਲਸਾ ਜੀ ਕੇ ਬੋਲ ਬਾਲੇ ਸੋ ਸਾਡਾ ਆਸਾ ਨਿਕਲ ਗਿਆ ਉਹ ਕਹਿਣ ਲੱਗੇ ਤੁਸੀਂ ਪਾਮਰੋ ਤੁਸੀਂ ਅਰਦਾਸ ਵਿੱਚ ਵਿਗਨ ਪਾਇਆ ਸੋ ਉਹ ਅਗਰ ਕਰਦੇ ਐ ਪਰ ਪੰਥਕ ਤੌਰ ਦੇ ਉੱਤੇ ਹਰ ਇੱਕ ਨੂੰ ਚਾਹੀਦਾ ਕਿ ਉਹ ਇਸ ਪੰਥ ਦੀ ਅਰਦਾਸ ਜੋ ਪੰਥਕ ਸਰੂਪ ਹੈ ਜਿਹੜੀ ਗੁਰੂ ਪੰਥ ਦੀ ਮਰਿਆਦਾ ਹੈ ਇਸ ਨੂੰ ਮੰਨੇ ਅਸੀਂ ਇਸ ਪ੍ਰੋਗਰਾਮ ਦੇ ਲਈ ਬਹੁਤ ਕਾਲਜ਼ ਆ ਰਹੀਆਂ ਪਰ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਇਸ ਨੂੰ ਸਮਾਪਤ ਕਰਨ ਤੋਂ ਪਹਿਲੇ ਅਗਲੀ ਤਸਵੀਰ ਦੋ ਹੁਕਮਨਾਮੇ ਹਨ ਜਿਹੜੇ ਕਿ ਬਹੁਤ ਹੀ ਅਹਿਮ ਹਨ ਕਿ ਵਾਰ ਸ੍ਰੀ ਭਗਉਤੀ ਜੀ ਕੀ ਔਰ ਜਿਹੜਾ ਵਾਹਿਗੁਰੂ ਦਾ ਸਰੂਪ ਹੈ ਜਿਹੜਾ ਗੁਰਬਾਣੀ ਦੇ ਵਿੱਚ ਵਾਹਿਗੁਰੂ ਗੁਰਮੰਤਰ ਹੈ ਇਸ ਦੇ ਬਾਰੇ 1928 ਵਿੱਚ ਬਾਬੂ ਤੇਜਾ ਸਿੰਘ ਜੀ ਪਸੌੜ ਵਾਲਿਆਂ ਨੇ ਉਸ ਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਔਰ ਪਿੱਛੇ ਜਿਹੇ ਉਹਨਾਂ ਦੇ ਗ੍ਰੇਟ ਗ੍ਰੈਂਡਸਨ ਨੇ ਉਹਨਾਂ ਦੇ ਪੜਪੋਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਉਹਨਾਂ ਨੇ ਉਸਦੀ ਬਾਫੀ ਬਲ ਗਈ ਅਗਲੀ ਤਸਵੀਰ ਭਾਗ ਸਿੰਘ ਅੰਬਾਲਾ ਦੀ ਹੈ ਜਿਨ੍ਹਾਂ ਨੇ ਅਰਦਾਸ ਦੀ ਪੌੜੀ ਔਰ ਬੇਨਤੀ ਚੁਪਈ ਦੇ ਉੱਤੇ ਇਤਰਾਜ਼ ਕੀਤਾ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਗਿਆ ਔਰ ਸਭ ਤੋਂ ਉੱਤੇ ਆਪ ਦੇਖ ਰਹੇ ਹੋ ਉਹ ਉਹਨਾਂ ਦਾ ਮਾਫੀ ਨਾਮਾ ਹੈ ਜਿਹੜਾ ਅਜੀਤ ਦੀ ਕਟਿੰਗ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਉਹਨਾਂ ਨੇ ਮਾਫੀ ਮੰਗੀ ਔਰ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫ ਕੀਤਾ ਗਿਆ ਕਹਿਣ ਦਾ ਪਾਵ ਇਹ ਹੈ ਕਿ ਇਹ ਗੁਰੂਪੰਥ ਦੀ ਜਿਹੜੀ ਜਿਹੜਾ ਅਸੂਲ ਹੈ ਇੱਕ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਜਿਹੜੀ ਗੱਲ ਹੈ ਇਹ ਗੁਰੂਪੰਥ ਦੀ ਗੱਲ ਹੈ ਵਾਹਿਗੁਰੂ ਜਿਸ ਦੀ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਜਿਹੜੀ ਮੂਲ ਮੰਤਰ ਦੀ ਗੱਲ ਕਰਦੇ ਹਾਂ ਜਿਹੜੀ ਅਰਦਾਸ ਦੀ ਪੌੜੀ ਦੀ ਗੱਲ ਕਰਦੇ ਹਾਂ ਜਾਂ ਇਸ ਦੇ ਪ੍ਰਾਰੂਪ ਬਾਰੇ ਅਸੀਂ ਗੱਲ ਕਰਦੇ ਹਾਂ ਇਸ ਨੂੰ ਵੀ ਕੋਈ ਹੱਕ ਨਹੀਂ ਕਿ ਇਸ ਦੇ ਬਾਰੇ ਉਹ ਖੁਦ ਆਪ ਹੁਦਰੀ ਕੋਈ ਵੀ ਤਬਦੀਲੀ ਕਰੇ ਇਹ ਪੰਥ ਦੀ ਅਮਾਨਤ ਹੈ ਗੁਰੂ ਪੰਥ ਦਾ ਇਹ ਪ੍ਰਾਰੂਪ ਹੈ ਅਖੀਰ ਦੇ ਵਿੱਚ ਲਾਸਟ ਇੱਕ ਲਾਈਨ ਜ਼ਰੂਰ ਕਹਿਣੀ ਚਾਹਾਂਗੇ ਜਿਹੜੀ ਅਰਦਾਸ ਕਰਦੇ ਹਾਂ ਅਖੀਰਲੀ ਬੰਦ ਹੈ ਜਿਹੜਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ ਬੜੀ ਹੈਰਾਨੀ ਹੈ ਸਿਕਰਤ ਬਰਿਆਦਾ ਵਿੱਚ ਲਿਖਿਆ ਹੈ ਪਹਿਲੀ ਪੌੜੀ ਜਿਹੜੀ ਵਾਰ ਸ੍ਰੀ ਭਗਉਤੀ ਜੀ ਕੀ ਔਰ ਜਿਹੜੀ ਅਖੀਰਲੀ ਜਿਹੜਾ ਬੰਧ ਹੈ ਇਸ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਪਹਿਲੀ ਪੌੜੀ ਦੇ ਵਿੱਚ ਤਾਂ ਕੁਝ ਵੀਰਾਂ ਨੇ ਜਾਣੇ ਅਣ ਜਾਣੇ ਵਿੱਚ ਗੁਨਾਹ ਕੀਤਾ ਕੁਤਾਹੀ ਕੀਤੀ ਪਰ ਜਿਹੜਾ ਅਖੀਰਲੀ ਤੁਖ ਹੈ ਇਸ ਵਿੱਚ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਕਾਪਲਾ ਕਾ ਲਾਫਸ ਹੈ ਜਿਹੜਾ ਸੰਦੋਕੜੀ ਬੋਲੀ ਹੈ ਜਿਹੜੀ ਭਾਰਤ ਦੀ ਹਰ ਭਗਤ ਮਤ ਦਾ ਕੋਈ ਵੀ ਇਲਾਕੇ ਵਾਲਾ ਸਮਝ ਸਕਦਾ ਹੈ ਜਿਸ ਤਰ੍ਹਾਂ ਨਾਨਕ ਕਾ ਪਾਤਸ਼ਾਹ ਦੇ ਸੇ ਜਾਹਰਾ ਇੱਥੇ ਵੀ ਕਾ ਲਫ਼ਜ਼ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਅਸੀਂ ਉਸ ਨੂੰ ਦਾ ਨਹੀਂ ਕਰ ਸਕਦੇ ਇਹ ਵੀ ਗੁਰੂ ਸਾਹਿਬ ਦੇ ਬੁਖਾਰਬਿੰਦ ਤੋਂ ਨਿਕਲੀ ਹੋਈ ਗੱਲ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਕਾ ਪਲਾ ਇਸ ਨੂੰ ਵੀ ਅਣਗਹਿਲੀ ਵਿੱਚ ਜਾਂ ਮਿਸਪ੍ਰਿੰਟ ਕਹਿ ਲੋ ਕਿ ਜੋ ਸਿੱਖ ਰਹਿਤ ਬਰਯਾਦਾ ਛਾਪੀ ਗਈ ਹੈ ਜੋ ਵੰਡੀ ਜਾ ਰਹੀ ਹੈ ਉਸ ਵਿੱਚ ਵੀ ਇਸ ਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਕਰ ਦਿੱਤਾ ਗਿਆ ਹੈ ਅਖੀਰ ਵਿੱਚ ਮੈਂ ਇੱਕ ਲਫ਼ਜ਼ ਜ਼ਰੂਰ ਦੁਹਰਾਣਾ ਚਾਹਾਂਗਾ ਸ਼ੇਖ ਸਾਦੀ ਨੂੰ ਕਿਸੇ ਨੇ ਕਿਹਾ ਸੀ ਤੂੰ ਇੰਨਾ ਗਰੀਬ ਹੈ ਤੂੰ ਇੰਨਾ ਮੁਫਲਸ ਹੈ ਤੂੰ ਰੋਜ਼ ਵਸੀਤ ਜਾਂਦਾ ਹੈ ਤੈਨੂੰ ਉੱਥੋਂ ਲੱਭਦਾ ਕੀ ਹੈ ਤੇਰੀ ਮੁਫਲਸੀ ਤੇਰੀ ਗਰੀਬੀ ਤੇਰੇ ਦੁੱਖ ਤੇਰੇ ਦਲੇਦਰ ਦੂਰ ਨਹੀਂ ਹੁੰਦੇ ਤਾਂ ਉਸਨੇ ਕਿਹਾ ਸੀ ਕਿ ਜੇ ਮੈਂ ਅਨਾਜ ਲੈਣਾ ਹੈ ਮੈਂ ਰਾਸ਼ਨ ਦੀ ਦੁਕਾਨ ਤੇ ਜਾਵਾਂਗਾ ਨਹੀਂ ਮਿਲੇਗਾ ਫਿਰ ਦੁਬਾਰਾ ਜਾਵਾਂਗਾ ਜਿੰਨੀ ਵਾਰ ਨਹੀਂ ਮਿਲੇਗਾ ਬਾਰ-ਬਾਰ ਉੱਥੇ ਹੀ ਜਾਵਾਂਗਾ ਮੈਂ ਮੋਚੀ ਦੀ ਦੁਕਾਨ ਤੇ ਤੇ ਨਹੀਂ ਚਲਾ ਜਾਵਾਂਗਾ ਗੁਰੂ ਕੇ ਸਿੱਖ ਨੂੰ ਹਰ ਇਨਸਾਨ ਦੀ ਮਾਨਵਤਾ ਲਈ ਇਹ ਜਿਹੜਾ ਅਖੀਰਲਾ ਪੈਗਾਮ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਇਸ ਵਿੱਚ ਇਹ ਲਫ਼ਜ਼ ਸਮਝਣ ਵਾਲਾ ਹੈ ਨਾਨਕ ਦੇ ਨਾਮ ਦੀ ਗਵਾਹੀ ਹੈ ਸਾਹਿਬ ਸਿਰ ਗੁਰੂ ਨਾਨਕ ਜੀਵ ਜੀ ਦੇ ਨਾਮ ਦੀ ਗਵਾਹੀ ਹੈ ਕਿ ਤੇਰੇ ਭਾਣੇ ਜੇ ਅਗਰ ਉਸਦੇ ਪਾਣੇ ਵਿੱਚ ਆਵਾਂਗੇ ਜੇ ਉਸਦੇ ਹੁਕਮ ਵਿੱਚ ਆਵਾਂਗੇ ਜੇ ਉਸ ਦੀ ਹੁਕਮ ਰਜ਼ਾਈ ਵਿੱਚ ਆਵਾਂਗੇ ਤੇਰੇ ਪਾਣੇ ਜੋ ਚੱਲੇਗਾ ਉਹ ਸਰਬੱਤ ਦਾ ਭਲਾ ਹੋਏਗਾ ਇਹ ਲਫ਼ਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਜੰਗ ਦੇ ਬਾਅਦ ਜਦੋਂ ਸਹਬਜ਼ਾਦੇ ਸ਼ਹੀਦ ਹੋ ਗਏ ਤਾਂ ਉਸ ਵੇਲੇ ਅਰਦਾਸ ਜਿਹੜੀ ਸੀ ਰਹਿਰਾਸ ਸਾਹਿਬ ਦੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਅਰਦਾਸ ਕੀਤੀ ਸੀ ਔਰ ਇੱਕ ਵਾਰ ਨਹੀਂ ਕਈ-ਕਈ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਲਫ਼ਜ਼ ਦੁਹਰਾਉਂਦੇ ਰਹੇ ਨਾਨਕ ਨਾਮ ਛੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਜਿਹੜਾ ਪੂਰੇ ਸੰਸਾਰ ਦਾ ਭਲਾ ਮੰਗਣ ਦੀ ਗੱਲ ਹੈ ਪੂਰੇ ਵਿਸ਼ਵ ਦੀ ਮੰਗਣ ਦੀ ਗੱਲ ਹੈ ਪੂਰੇ ਸੰਸਾਰ ਦੇ ਭਲੇ ਲਈ ਕੁਰਬਾਨੀ ਕਰਨ ਦੀ ਗੱਲ ਹੈ ਆਪਣੇ ਆਪ ਨੂੰ ਗੁਰੂ ਵਾਹਿਗੁਰੂ ਅੱਗੇ ਗੁਰਬਰ ਅਕਾਲ ਅੱਗੇ ਸਮਰਪਿਤ ਕਰਨ ਦੀ ਗੱਲ ਹੈ ਇਹ ਖਾਲਸੇ ਦੀ ਝੋਲੀ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਗੁਰਨਾਨਕ ਦੇਵ ਜੀ ਦੀਆਂ ਇਹ ਦੋ ਤਕਾਂ ਦੇ ਵਿਚਕਾਰ ਇਹ ਜੋ ਮਰਿਆਦਾ ਬਣੀ ਗਈ ਹੈ ਅਸੀਂ ਇਸ ਦੀ ਮਹੱਤਤਾ ਨੂੰ ਸਮਝੀਏ ਔਰ ਉਸ ਦੇ ਦਰ ਤੇ ਟੈਕ ਕੇ ਅਸੀਂ ਅਰਦਾਸ ਕਰੀਏ ਆਪ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਿਹੜੀਆਂ ਕਾਲਸ ਅਸੀਂ ਨਹੀਂ ਲੈ ਸਕੇ ਉਸ ਦਾ ਸਾਨੂੰ ਅਫਸੋਸ ਹੈ ਪਰ ਆਪ ਦੇ ਪਿਆਰ ਔਰ ਆਪ ਦੇ ਇਸ ਜੋ ਇਹਦੇ ਵਿੱਚ ਜੋ ਸ਼ਮੂਲੀਅਤ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ